ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਨਵੇਂ ਹਫ਼ਤੇ ਦੇ ਵਿੱਚ ਸਵਾਗਤ ਕਰਦੇ ਆਂ ਅਨਦਰ ਮੰਡੇ ਬਹੁਤ ਇੰਟਰਸਟਿੰਗ ਪ੍ਰੋਗਰਾਮਿੰਗ ਤੁਹਾਡੇ ਲਈ ਇਸ ਹਫ਼ਤੇ ਲਈ ਲਾਈਨ ਅਪ ਕੀਤੀ ਹੋਈ ਹੈ ਤੇ ਅੱਜ ਵੀ ਮੈਂ ਤੁਹਾਡੇ ਲਈ ਬਹੁਤ ਇੰਪੋਰਟੈਂਟ ਟਾਪਿਕ ਲੈ ਕੇ ਆਈਆਂ ਜੋ ਖਾਸ ਕਰਕੇ ਯੂਨਾਈਟਿਡ ਸਟੇਟਸ ਵਿੱਚ ਨਾਰਥ ਅਮਰੀਕਾ ਵਿੱਚ ਬੈਠੇ ਹੋਏ ਜੋ ਸਾਡਾ ਡਾਇਸਪੋਰਾ ਹੈ ਸਾਡੀ ਕਮਿਊਨਿਟੀ ਹੈ ਉਹਨਾਂ ਨੇ ਬਹੁਤ ਹੀ ਐਹਮੀਅਤ ਰੱਖਦੀ ਹੈ ਕਿ ਤੁਸੀਂ ਕਿੰਨੇ ਖੁੱਲ ਕੇ ਆਪਣੀ ਗੱਲ ਕਰ ਸਕਦੇ ਹੋ ਆਪਣੀ ਗੱਲ ਰੱਖ ਸਕਦੇ ਹੋ ਆਪਣੇ ਬੱਚਿਆਂ ਨੂੰ 익ਸਪੈਕਟ ਕਰ ਸਕਦੇ ਹੋ ਕਿ ਸਹੀ ਗੱਲ ਸਕੂਲਾਂ ਦੇ ਵਿੱਚ ਸਿਖਾਈ ਜਾਵੇ ਬੜਾ ਉਸ ਤੋਂ ਪਹਿਲੇ ਕੁਝ ਹੈਡਲਾਈਨਸ ਮੈਥਡ ਨਾਲ ਕਵਰ ਕਰਨਾ ਚਾਹੁੰਦੀ ਆ ਆਫ ਕੋਰਸ ਅਗਰ ਤੁਸੀਂ ਈਸਟ ਕੋਸਟ ਦੇ ਵਿੱਚ ਖਾਸ ਕਰਕੇ ਨਿਊਯਾਰਕ ਦੇ ਵਿੱਚ ਰਹਿੰਦੇ ਹੋ ਵੱਸਦੇ ਹੋ ਸਾਨੂੰ ਵੇਖ ਰਹੇ ਹੋ ਨਿਊਯਾਰਕ ਦੇ ਵਿੱਚ ਪ੍ਰਾਇਮਰੀ ਸੀਜ਼ਨ ਚੱਲ ਰਿਹਾ ਹੈ ਪ੍ਰਾਇਮਰੀ ਇਲੈਕਸ਼ਨ ਡੇ ਕੱਲ ਜੂਨ 22 ਨੂੰ ਪੈਂਦਾ ਹੈ ਤੇ ਉਹਦੇ ਬਾਰੇ ਜੋ ਵੱਖ-ਵੱਖ ਲੋਕਲ ਗਵਰਨਮੈਂਟਸ ਦੇ ਇਲੈਕਸ਼ਨਸ ਹਨ ਕੈਂਡੀਡੇਟਸ ਹਨ ਆਮ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਪਹੁੰਚਾਵਾਂਗੇ ਕੱਲ ਜਦੋਂ ਮੇਨ ਇਲੈਕਸ਼ਨ ਡੇ ਹੋਏਗਾ ਤੇ ਉਹਦੀ ਵੀ ਕੁਝ ਅਪਡੇਟਸ ਆਮ ਵੱਖ-ਵੱਖ ਕੈਂਡੀਡੇਟਸ ਤੇ ਉਹਨਾਂ ਦੇ ਆਫੀਸਿਸ ਤੋਂ ਤੁਹਾਡੇ ਕੋਲ ਪਹੁੰਚਾਵਾਂਗੇ ਬਟ ਇਸ ਇਲੈਕਸ਼ਨ ਦੇ ਵਿੱਚ ਇੱਕ ਚੀਜ਼ ਬਹੁਤ ਇੰਪੋਰਟੈਂਟ ਇੱਥੇ ਆਮ ਮੈਂਸ਼ਨ ਕਰਨੀ ਜ਼ਰੂਰੀ ਹੈ ਸਾਰਿਆਂ ਲਈ ਭਾਵੇਂ ਤੁਸੀਂ ਕਿੱਥੇ ਵੀ ਸਾਨੂੰ ਵੇਖ ਰਹੇ ਹੋ ਇਸ ਵਾਰੀ ਆ ਖੁੱਲ ਕੇ ਕਹਿ ਸਕਦੇ ਆ ਮਤਲਬ ਐਜ਼ ਅ ਮੈਟਰ ਆਫ ਫੈਕਟ ਕਿ ਇਨ ਇਲੈਕਸ਼ਨਸ ਦੇ ਵਿੱਚ ਖਾਸ ਕਰਕੇ ਲੋਕਲ ਗਵਰਨਮੈਂਟ ਦੇ ਇਲੈਕਸ਼ਨਸ ਪਾਵੇਂ ਉਹ ਸਿਟੀ ਕਾਉਂਸਲ ਹੋਏ ਕਾਉਂਸਲ ਮੈਂਬਰ ਵਰਕ ਵਰਕ ਇਨ ਆਉਧਿਆ ਤੇ ਪਹਿਲੀ ਵਾਰੀ ਸਭ ਤੋਂ ਜ਼ਿਆਦਾ ਔਨ ਰੈਕੋਰਡ ਸਾਊਥ ਏਸ਼ੀਅਨ ਪਾਰਟਿਸਪੇਸ਼ਨ ਹੈਗੀ ਪ੍ਰੋਸੈਸ ਦੇ ਵਿੱਚ ਕੈਂਡੀਡੇਟ ਦੇ ਤੌਰ ਤੇ ਅਗਰ ਤੁਸੀਂ ਨਿਊਯਾਰਕ ਸਿਟੀ ਦੀ ਹੀ ਗੱਲ ਕਰ ਲਓ ਤੇ ਆਪਣੀ ਪੰਜਾਬੀ ਕਮਿਊਨਿਟੀ ਤੋਂ ਕਿੰਨੇ ਜ਼ਿਆਦਾ ਕੈਂਡੀਡੇਟਸ ਵਰਕਰ ਰੇਸਾਂ ਦੇ ਵਿੱਚ ਸ਼ਾਮਿਲ ਹੋਏ ਹਨ ਤੇ ਨਿਊਯਾਰਕ ਸਿਟੀ ਦੇ ਵਿੱਚ ਇੱਕ ਹੋਰ ਬਹੁਤ ਇੰਟਰਸਟਿੰਗ ਚੀਜ਼ ਕੁਝ ਇਹੋ ਜਿਹੇ ਵੀ ਡਿਸਟ੍ਰਿਕਟਸ ਹਨ ਜਿਨ੍ਹਾਂ ਦੇ ਵਿੱਚ ਮжоਰਿਟੀ ਕੈਂਡੀਡੇਟਸ ਸਾਊਥ ਏਸ਼ੀਅਨ ਹਨ ਜਿਸ ਤਰ੍ਹਾਂ ਇੱਕ ਡਿਸਟ੍ਰਿਕਟ ਖਾਸ ਕਰਕੇ ਕੁਇਨਸ ਦੇ ਵਿੱਚ ਪੈਂਦਾ ਡਿਸਟ੍ਰਿਕਟ 23 ਉਹਦੇ ਵਿੱਚ ਸੱਤ ਕੈਂਡੀਡੇਟਸ ਜੋ ਖੜੇ ਹੋਏ ਉਹਨਾਂ ਚੋਂ ਚਾਰ ਸਾਊਥ ਏਸ਼ੀਅਨ ਹਨ ਉਹਨਾਂ ਚਾਰਾਂ ਚੋਂ ਤਿੰਨ ਆਪਣੇ ਪੰਜਾਬੀ ਕਮਿਊਨਿਟੀ ਤੋਂ ਸੋ ਇਸ ਚੀਜ਼ ਬਾਰੇ ਗੱਲ ਕਰਕੇ ਦੱਸ ਕੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਤੇ ਉਮੀਦ ਹੈ ਕਿ ਤੁਸੀਂ ਵੀ ਇਸ ਚੀਜ਼ ਨੂੰ ਸੁਣ ਕੇ ਹੋਰ ਵੀ ਇਨਸਪਾਇਰ ਹੁੰਦੇ ਹੋ ਕਿ ਤੁਸੀਂ ਵੀ ਆਪਣੇ ਲੋਕਲ ਪੋਲਿਟਿਕਸ ਆਪਣੇ ਲੋਕਲ ਸਿਸਟਮ ਦੇ ਵਿੱਚ ਗਵਰਨਮੈਂਟ ਵਿੱਚ ਕਿਸੇ ਨਾ ਕਿਸ ਤਰ੍ਹਾਂ ਇਨਵੋਲਵ ਹੋਵੋ ਜਿਹਦਾ ਫਰਸਟ ਸਟੈਪ ਆਫਕੋਰਸ ਇਨ ਚੀਜ਼ਾਂ ਬਾਰੇ ਜਾਣਕਾਰੀ ਪਾਣਾ ਹੁੰਦਾ ਫਿਰ ਤੁਸੀਂ ਹੋਰ ਅੱਗੇ ਗਾਂ ਜਾ ਕੇ ਇਨਵੋਲਵ ਹੋ ਸਕਦੇ ਹੋ ਦੂਜੀ ਚੀਜ਼ ਅਗਰ ਤੁਸੀਂ ਟੈਕ ਨਿਊਜ਼ ਫੋਲੋ ਕਰਦੇ ਹੋ ਜਾਂ ਇਨਵੈਸਟਮੈਂਟ ਜਾਂ ਮੈਨੀ ਸਟਾਕਸ ਦੇ ਨਾਲ ਸੰਬੰਧਿਤ ਕੋਈ ਵੀ ਨਿਊਜ਼ ਖਾਸ ਕਰਕੇ ਅੱਜਕੱਲ ਫੋਲੋ ਕਰ ਰਹੇ ਹੋ ਤੁਸੀਂ ਜ਼ਰੂਰ ਵੇਖਿਆ ਹੋਣਾ ਕਿ ਜੋ ਕ੍ਰਿਪਟੋ ਕਰੰਸੀ ਹੈਗੀ ਜਿਦਾ ਬਿਟਕੋਇਨ ਡੋਜਕੋਇਨ ਇਦਾਂ ਦੇ ਵਕ ਵਕ ਕ੍ਰਿਪਟੋ ਕਰੰਸੀਜ਼ ਦਾ ਸਟਾਕ ਕਾਫੀ ਡਿੱਗ ਗਿਆ ਇਹਦਾ ਕਾਰਨ ਇਸ ਕਰਕੇ ਆ ਕਿ ਚਾਈਨਾ ਨੇ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਜੋ ਵੀ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਸਾਡੇ ਮੁਲਕ 'ਚ ਕਰ ਰਿਹਾ ਹੈ ਉਨਾ ਤੇ ਉਹਨਾਂ ਨੇ ਹੋਰ ਕੁਝ پابੰਦੀਆਂ ਲਗਾਨੀਆਂ ਇਹਦੇ ਕਰਕੇ ਇੱਕਦਮ ਹੀ ਬਿਟਕੋਇਨ ਤੇ ਡੋਜਕੋਇਨ ਦੇ ਸਟਾਕ ਦੋਨੋਂ ਡਿਗ 'ਤੇ ਇਸ ਚਾਈਨੀਜ਼ ਨਵੀਂ ਗਾਈਡੈਂਸ ਤੇ ਇਨ ਰੂਲਿੰਗਸ ਕਰਕੇ ਕਿ ਜਿੱਥੇ ਬਿਟਕੋਇਨ ਦੀ ਮਾਈਨਿੰਗ ਹੁੰਦੀ ਹੈ ਮਤਲਬ ਜਿੱਥੇ ਉਹ ਬਿਜਲੀ ਨਾਲ ਲੱਗ ਕੇ ਲੋਕੀ ਬਿਟਕੋਇਨ ਦਾ ਜੋ ਕੋਡ ਹੈ ਉਹਨੂੰ ਪ੍ਰੋਸੈਸ ਕਰਦੇ ਆ ਜਿਹਦੇ ਕਰਕੇ ਕ੍ਰਿਪਟੋ ਕਰੰਸੀ ਬਣਦੀ ਹੈ ਉਥੇ ਚਾਈਨਾ ਨੇ پابੰਦੀ ਲਗਾਈ ਹੈ ਕਿ ਸਾਡੇ ਮੁਲਕ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਤੇ ਹੋਰ ਸਖਤੀ ਦੇ ਨਾਲ ਰੈਸਟ੍ਰਿਕਸ਼ਨਸ ਲਗਾਈਆਂ ਜਾਣ ਗਿਆ ਅਮ ਸੋ ਇਹ ਤਾਂ ਮਤਲਬ ਕੁਝ ਆਪਣੀ ਜੋ ਵਰਲਡਵਾਈਡ ਹੈਡਲਾਈਨ ਸੀ ਪੰਜਾਬ ਦੀ ਖਬਰਾਂ ਤੁਸੀਂ ਜ਼ਰੂਰ ਸੁਣਨੀਆਂ ਹੋਣੀਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿੱਥੇ ਸੀਐਮ ਦੀ ਸੀਟ ਦੀ ਗੱਲ ਆਉਂਦੀ ਹੈ ਅਮ ਇੱਕ ਕਿਸਮ ਦਾ ਤੁਸੀਂ ਕਹਿ ਲਓ ਕਦੀ ਕਹਿੰਦੇ ਕਿ ਸੀਐਮ ਦਾ ਸਿੱਕਾ ਚਿਹਰਾ ਹੋਏਗਾ ਕਦੀ ਕਹਿੰਦੇ ਦਲਿਤ ਚਿਹਰਾ ਹੋਏਗਾ ਅਮ ਇਹ ਸੀਐਮ ਦੀ ਸੀਟ ਨੂੰ ਲੈ ਕੇ ਇੱਕ ਵਾਰੀ ਫਿਰ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਡਿਵੀਜ਼ਨਸ ਕ੍ਰੀਏਟ ਕੀਤੇ ਜਾ ਰਿਹਾ ਹੈ ਇਹਦੀ ਵੀ ਡੀਟੇਲ ਜਾਣਕਾਰੀ ਤੁਹਾਡੇ ਨਾਲ ਇਸ ਸਮੇਂ ਸੇ ਸ਼ੇਅਰ ਕਰਦੇ ਰਾਵਾਂਗੇ ਬਟ ਅੱਜ ਮੈਂ ਇੱਕ ਵਾਰੀ ਫਿਰ ਅਮ ਗੱਲ ਉੱਥੇ ਲੈ ਕੇ ਆਉਣਾ ਚਾਹੁੰਦੀ ਹਾਂ ਜਿੱਥੇ ਆਪਾਂ ਹੁਣ ਵੱਸਦੇ ਆਂ ਪਾਵੇਂ ਉਹ ਅਮਰੀਕਾ ਹੋਏ ਕੈਨੇਡਾ ਹੋਏ ਯੂਕੇ ਹੋਏ ਤੇ ਜਿੱਥੇ ਆਪਾਂ ਇੱਕ ਨਵਾਂ ਆਪਣੇ ਲਈ ਨਿਊ ਹੋਮ ਬਣਾਇਆ ਹੈ ਇਨ ਮੁਲਕਾਂ ਦੇ ਵਿੱਚ ਉੱਥੇ ਸਾਡੀ ਉਮੀਦ ਹੁੰਦੀ ਹੈ ਕਿ ਸਾਡੇ ਜੋ ਬੱਚੇ ਮੈਥੇ ਦੇ ਸਕੂਲ ਸਿਸਟਮ ਵਿੱਚ ਜਾ ਕੇ ਇੱਥੇ ਦੀ ਪੜ੍ਹਾਈ ਲਿਖਾਈ ਦੇ ਵਿੱਚ ਸ਼ਾਮਿਲ ਹੁੰਦੇ ਆ ਆ ਉਹਨਾਂ ਦੇ ਕਰਿਕਿਊਲਮ ਦੇ ਵਿੱਚ ਉਹਨਾਂ ਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸੱਭਿਆਚਾਰ ਇਤਿਹਾਸ ਤੇ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦੇ ਜੋ ਕਲਚਰ ਤੇ ਉਹਨਾਂ ਦੀ ਹਿਸਟਰੀ ਦੇ ਨਾਲ ਰੀਲੇਟਡ ਚੀਜ਼ਾਂ ਹੈਗੀਆਂ ਉਹਨਾਂ ਦੇ ਬਾਰੇ ਵੀ ਸਹੀ ਅਪਡੇਟਸ ਦਿੱਤੀਆਂ ਜਾਣ ਕੈਨੇਡਾ ਦੇ ਵਿੱਚ ਇਹੋ ਜਿਹੀ ਸਟੋਰੀ ਡਿਵੈਲਪ ਹੋਈ ਕਿ ਟੋਰਾਂਟੋ ਦੇ ਵੱਖ-ਵੱਖ ਸਕੂਲ ਡਿਸਟ੍ਰਿਕਟਸ ਦੇ ਵਿੱਚ ਕੁਝ ਟੀਚਰਸ ਫਾਰਮ ਪ੍ਰੋਟੈਸਟ ਕਿਸਾਨ ਮੋਰਚੇ ਨੂੰ ਲੈ ਕੇ ਸਟੂਡੈਂਟਸ ਦੇ ਨਾਲ ਗੱਲ ਕਰ ਰਹੀਆਂ ਸਨ ਤੇ ਇਸ ਡਿਸਕਸ਼ਨ ਕਰਕੇ ਮਤਲਬ ਤੁਸੀਂ ਕਹਿ ਲਓ ਜੋ ਉਹਦਾ ਇੰਪੈਕਟ ਹੋਇਆ ਜੋ ਇੰਡੀਅਨ ਕਾਉਂਸਲੇਟ ਹੈਗੀ ਟੋਰਾਂਟੋ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਤੁਸੀਂ ਕਹਿ ਲਓ ਸਖਤ ਲੈਟਰ ਸੈਂਡ ਕੀਤੀ ਇਨ ਤਿੰਨ ਸਕੂਲ ਡਿਸਟ੍ਰਿਕਟਸ ਨੂੰ ਕਿ ਜੋ ਟੀਚਰਸ ਫਾਰਮਰਸ ਪ੍ਰੋਟੈਸਟ ਨੂੰ ਲੈ ਕੇ ਆਪਣੇ ਸਟੂਡੈਂਟਸ ਨੂੰ ਆ ਡਿਸਕਸ਼ਨਸ ਉਹਨਾਂ ਦੇ ਨਾਲ ਕਰ ਰਹੀਆਂ ਆ ਆ ਉਹਨਾਂ ਚੀਜ਼ਾਂ ਨੂੰ ਇਨਵੈਸਟੀਗੇਟ ਕੀਤਾ ਜਾਏ ਉਹ ਸਿਖਾਈ ਇੱਕ ਕਿਸਮ ਦੀ ਐਂਟੀ ਇੰਡੀਆ ਟੀਚਿੰਗਸ ਹੈਗੀਆਂ ਤੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਫਟਾਫਟ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਕਿ ਕਿਸਾਨ ਮੋਰਚ ਨੂੰ ਲੈ ਕੇ ਇੰਡੀਆ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਇਨ ਸਕੂਲਾਂ ਦੇ ਵਿੱਚ ਐਂਡ ਇਹ ਦੇ ਲਈ ਜੋ ਇੰਡੀਅਨ ਕਾਉਂਸਲੇਟ ਹੈਗੀ ਉਹ ਸਕੂਲ ਬੋਰਡ ਨੂੰ ਕਹਿ ਰਹੀ ਹੈ ਕਿ ਤੁਸੀਂ ਜਲ ਤੋਂ ਜਲਦ ਇਸ ਐਕਟੀਵਿਟੀ ਨੂੰ ਰੋਕੋ ਵਰਨਾ ਇੰਡੀਆ ਤੇ ਕੈਨੇਡਾ ਦੇ ਜੋ ਸੰਬੰਧ ਹਨ ਜੋ ਇਸ ਵੇਲੇ ਵਾਰਮ ਫ੍ਰੈਂਡਲੀ ਸੰਬੰਧ ਹਨ ਉਨ੍ਹਾਂ ਦੇ ਵਿੱਚ ਜ਼ਹਿਰ ਪਾਉਣ ਵਾਲੀ ਇੱਕ ਗੱਲ ਹੋ ਸਕਦੀ ਹੈ ਨਾਉ ਵਾਂਸ ਅਗੇਨ ਜਦੋਂ ਇੰਡੀਆ ਦੇ ਵਿੱਚ ਜੋ ਕਰੰਟ ਇਵੈਂਟਸ ਹੋ ਰਹੇ ਹਨ ਉਹ ਕਿਸ ਤਰ੍ਹਾਂ ਇੰਡੀਅਨ ਡਾਇਸਪੋਰੇ ਨੂੰ ਜੋ ਆਪਣੇ ਇੰਡੀਅਨ ਬੱਚੇ ਪਾਰਲੇ ਮੁਲਕਾਂ ਦੇ ਵਿੱਚ ਪੜਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਸਭ ਤੋਂ ਪਹਿਲੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਵੀ ਪਲੇਟਫਾਰਮ ਤੇ ਜਾ ਲੋ ਉਹਦੇ ਤੇ ਤਾਂ ਕੋਈ ਕੰਟਰੋਲ ਹੀ ਨਹੀਂ ਹੈਗਾ ਅਗਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਜੋ ਨੌਜਵਾਨ ਬੱਚੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਕਿਸਾਨ ਮੋਰਚੇ ਬਾਰੇ ਜਾਂ ਵਕ ਵਕ ਚੀਜ਼ਾਂ ਬਾਰੇ ਜਾਣਕਾਰੀਆਂ ਮਿਲ ਰਹੀਆਂ ਅੱਜਕੱਲ ਸੋਸ਼ਲ ਮੀਡੀਆ ਸਭ ਤੋਂ ਵੱਡਾ ਪਲੇਟਫਾਰਮ ਹੈ ਤੇ ਜੋ ਕੁਝ ਟੀਚਰਸ ਇਸ ਸਕੂਲ ਡਿਸਟ੍ਰਿਕਟ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਕਮੈਂਟ ਵੀ ਦਿੱਤਾ ਉਹਨਾਂ ਨੇ ਕਿਹਾ ਦੇਖੋ ਜੀ ਸਾਡੇ ਤਾਂ ਬੱਚੇ ਇਹਨਾਂ ਚੀਜ਼ਾਂ ਬਾਰੇ ਆਲਰੇਡੀ ਉਹਨਾਂ ਨੂੰ ਪਤਾ ਹੁੰਦਾ ਹੈ ਜਦੋਂ ਉਹ ਕਲਾਸ ਵਿੱਚ ਆਉਂਦੇ ਆ ਅਸੀਂ ਇਸ ਕਰਕੇ ਇਨ ਟਾਪਿਕਸ ਬਾਰੇ ਹੋਰ ਗੱਲ ਕਰਦੇ ਆ ਬਿਕੋਜ਼ ਇੱਕ ਕਿਸਮ ਦਾ ਤੁਸੀਂ ਉਹਨਾਂ ਨੂੰ ਫਰੇਮਵਰਕ ਦਵੋ ਜਿਸ ਤਰ੍ਹਾਂ ਇੱਕ ਟੀਚਰ ਨੇ ਕਿਹਾ ਕਿ ਜਦੋਂ ਬੱਚਿਆਂ ਦੇ ਨਾਲ ਆਪਾਂ ਇਨ ਕਰੰਟ ਇਵੈਂਟਸ ਬਾਰੇ ਗੱਲ ਕਰਦੇ ਆ ਆਪਾਂ ਉਹਨਾਂ ਨੂੰ ਦੱਸਦੇ ਆ ਕਿ ਪ੍ਰੋਟੈਸਟ ਦੀ ਵੈਲਿਊ ਕੀ ਹੈ ਕਿ ਇਤਿਹਾਸਿਕ ਤੌਰ ਤੇ ਹਿਸਟਰੀ ਦੇ ਵਿੱਚ ਹੋਰ ਕਿਸ ਤਰ੍ਹਾਂ ਪ੍ਰੋਟੈਸਟ ਹੋਈਆਂ ਹਨ ਉਹਨਾਂ ਦਾ ਕੀ ਨਤੀਜਾ ਹੋਇਆ ਇਹ ਇੱਕ ਕਿਸਮ ਦੀ ਇਹ ਹਿਸਟਰੀ ਦਾ ਕਰਿਕੂਲਮ ਦਾ ਇੱਕ ਹਿੱਸਾ ਹੈ ਨਾ ਕਿ ਕਿਸੇ ਵੀ ਮੁਲਕ ਦੇ ਖਿਲਾਫ ਕੋਈ ਸਾਜ਼ਿਸ਼ ਬਟ ਆਫ ਕੋਰਸ ਇਨ ਚੀਜ਼ਾਂ ਨੂੰ ਲਾ ਕੇ ਮੈਂ ਤੁਹਾਨੂੰ ਸਕਰੀਨ ਤੇ ਹੁਣ ਉਹ ਚਿੱਠੀ ਵੀ ਦਿਖਾਉਣਾ ਚਾਹੁੰਦੀ ਆ ਜਿਹਦੇ ਵਿੱਚ ਇੰਡੀਅਨ ਕਾਉਂਸਲੇਟ ਨੇ ਲਿਖਿਆ ਹੈ ਸਕੂਲ ਬੋਰਡਸ ਨੂੰ ਇਹ ਇੱਕ ਕਿਸਮ ਦੀ ਲੀਗਲ ਚਿੱਠੀ ਤੁਸੀਂ ਕਹਿ ਸਕਦੇ ਹੋ ਅਗਰ ਤੁਸੀਂ ਲੀਗਲ ਟਰਨਸ ਆਨ ਵਾਕਿਵੋ ਇਹ ਇੱਕ ਕਿਸਮ ਦੀ ਸੀਸ ਐਂਡ ਡਿਸਿਸਟ ਲੈਟਰ ਵੀ ਮੰਨੀ ਜਾ ਸਕਦੀ ਹੈ ਕਿ ਜੋ ਸਕੂਲ ਬੋਰਡਸ ਵਿੱਚ ਇਸ ਵੇਲੇ ਕਿਹਾ ਜਾ ਰਿਹਾ ਸਿਖਾਇਆ ਜਾ ਰਿਹਾ ਉਹਨੂੰ ਇੱਕਦਮ ਰੋਕਿਆ ਜਾਏ otherwise ਉਹਦੇ ਖਿਲਾਫ ਵੀ ਕਨਸੀਕਵੈਂਸਸ ਹੋ ਸਕਦੇ ਆ ਸੋ ਇਹ ਚਿੱਠੀ ਸੈਂਡ ਕੀਤੀ ਗਈ ਸੀ ਇਸ ਚਿੱਠੀ ਨੂੰ ਇੱਕ ਸਿੱਖ ਸੰਸਥਾ ਨੇ ਇੱਕ ਫ੍ਰੀडम ਆਫ ਇਨਫੋਰਮੇਸ਼ਨ ਐਕਟ ਦੇ ਹੇਠ ਲਿਖਵਾਇਆ ਤੇ ਹੁਣ ਇਹ ਪਬਲਿਕ ਨੋਲੇਜ ਬਣ ਚੁੱਕੀ ਹੈ ਤੇ ਇਹ ਤੇ ਵਕਫ ਵਕ ਆਊਟਲੈਟਸ ਰਿਪੋਰਟ ਕਰੀਆ ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦੀ ਆ ਅਮ ਅੱਜ ਤੁਹਾਡੇ ਨਾਲ ਲਾਈਵ ਪੇਸ਼ ਹੋਏ ਆ ਅਮ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਸਕੂਲ ਬੋਰਡ ਦਾ ਰਿਸਪਾਂਸ ਬਤਾਵਾ ਤੁਸੀਂ ਕੀ ਸੋਚਦੇ ਹੋ ਕਿ ਕੋਈ ਵੀ ਆ ਮੂਲਕ ਜਾਂ ਕੋਈ ਵੀ ਸਕੂਲ ਡਿਸਟ੍ਰਿਕਟ ਕੋਈ ਵੀ ਆ ਐਂਟੀਟੀ ਜਦੋਂ ਸਿਖਾਉਂਦੀ ਹੈ ਬੱਚਿਆਂ ਨੂੰ ਭਾਵੇਂ ਉਹ ਪ੍ਰਾਈਵੇਟ ਸਕੂਲ ਹੋਵੇ ਪਬਲਿਕ ਸਕੂਲ ਹੋਵੇ ਆ ਪ੍ਰਾਇਮਰੀ ਹਾਈ ਸਕੂਲ ਕਾਲਜ ਦੇ ਵਿੱਚ ਉਸ ਕਰਿਕੂਲਮ ਤੇ ਆ ਉਸ ਮੂਲਕ ਦਾ ਕਿੰਨਾਕ ਇਨਫਲੂਐਂਸ ਹੋਣਾ ਚਾਹੀਦਾ ਹੈ ਅੰਤੇ ਜੋ ਬਾਹਰ ਵਾਲੇ ਮੁਲਕਾਂ ਉਹਨਾਂ ਦਾ ਕਿੰਨਾ ਇਨਫਲੂਐਂਸ ਹੋਣਾ ਚਾਹੀਦਾ ਤੁਹਾਡੇ ਖਿਆਲ ਚ ਕੀ ਇੰਡੀਆ ਦੇ ਵਿੱਚ ਜੋ ਹੋ ਰਹੀਆਂ ਇਸ ਵੇਲੇ ਕਰੰਟ ਇਵੈਂਟਸ ਹਨ ਉਹਨਾਂ ਦੇ ਬਾਰੇ ਬੱਚਿਆਂ ਨੂੰ ਦੱਸ ਕੇ ਕੀ ਉਹ ਇੱਕ ਐਂਟੀ ਇੰਡੀਅਨ ਐਕਟੀਵਿਟੀ ਹੈਗੀ ਇਹਦੇ ਬਾਰੇ ਗੱਲ ਕਰਾਂਗੇ ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦੀ ਹਾਂ ਲਾਈਵ ਤੁਹਾਨਾਂ ਅੱਜ ਹਾਜ਼ਰ ਹੋਇਆ ਤੇ ਗੱਲ ਇਸੇ ਤਰ੍ਹਾਂ ਚੱਲ ਜਾਈ ਰਹੇਗੀ ਬ੍ਰੇਕ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿ ਜਦੋਂ ਕਿਸੇ ਸਕੂਲ ਦੇ ਵਿੱਚ ਇਤਿਹਾਸਿਕ ਤੌਰ ਤੇ ਜਾਂ ਕਰੰਟ ਇਵੈਂਟਸ ਨੂੰ ਕਵਰ ਕੀਤਾ ਜਾਂਦਾ ਹੈ ਕਿ ਉਹਨ ਇਵੈਂਟਸ ਦੀ ਗੱਲ ਕਰਨੀ ਕਿਸੇ ਦੇ ਮੁਲਕ ਦੇ ਖਿਲਾਫ ਗੱਲ ਬਣ ਜਾਂਦੀ ਹੈ ਕਿ ਜਦੋਂ ਕੈਨੇਡਾ ਦੇ ਟੋਰਾਂਟੋ ਦੇ ਵਰਕ ਹਕ ਸਕੂਲ ਡਿਸਟ੍ਰਿਕਟਸ ਦੇ ਵਿੱਚ ਟੀਚਰਸ ਨੇ ਆਪਣੇ ਸਟੂਡੈਂਟਸ ਨੂੰ ਫਾਰਮਰਸ ਪ੍ਰੋਟੈਸਟ ਕਿਸਾਨ ਮੋਰਚੇ ਬਾਰੇ ਦੱਸਿਆ ਅਨ ਪੁੱਛਿਆ ਸਟੂਡੈਂਟਸ ਤੋਂ ਕਿ ਕਿਉਂ ਤੁਹਾਨੂੰ ਲੱਗਦਾ ਉੱਥੇ ਮੋਰਚਾ ਲੱਗਿਆ ਹੋਇਆ ਹੈ ਕੀ ਅਹਿਮੀਅਤ ਹੈ ਇੱਕ ਪ੍ਰੋਟੈਸਟ ਦੀ ਇੱਕ ਅੰਦੋਲਨ ਦੀ ਸੁਸਾਇਟੀ ਲਈ ਡੈਮੋਕ੍ਰੇਸੀ ਲਈ ਉਹਨ ਸਟੂਡੈਂਟਸ ਉਹਨ ਟੀਚਰਸ ਉਹਨ ਸਕੂਲ ਡਿਸਟ੍ਰਿਕਟਸ ਖਿਲਾਫ ਇੰਡੀਅਨ ਕਾਉਂਸਲ ਨੇ ਚਿੱਠੀ ਦਿੱਤੀ ਹੈ ਕਿ ਇਹ ਐਂਟੀ ਇੰਡੀਅਨ ਐਕਟੀਵਿਟੀਆਂ ਹਨ ਇਹਨਾਂ ਨੂੰ ਜਲਦ ਤੋਂ ਜਲਦ ਰੋਕਿਆ ਜਾਏ ਇਸ ਚੀਜ਼ ਤੇ ਅੱਜ ਗੱਲ ਕਰ ਰਹੇ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਆ ਕਿ ਕੀ ਕਿਸੇ ਏਰੀਆ ਦੀ ਕਰੰਟ ਇਵੈਂਟਸ ਨੂੰ ਕਵਰ ਕਰਨਾ ਉਸ ਏਰੀਆ ਦੇ ਖਿਲਾਫ ਦੀ ਗੱਲ ਹੋ ਜਾਂਦੀ ਹੈ ਤੇ ਕੀ ਕਰਨਾ ਚਾਹੀਦਾ ਟੋਰਾਂਟੋ ਦੇ ਸਕੂਲ ਡਿਸਟ੍ਰਿਕਟ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਹੁੰਦਲ ਵਰਚੁਅਲ ਬੋ ਰਿਹਾ ਸਤਿ ਸ਼੍ਰੀ ਅਕਾਲ ਹੁੰਦਲ ਜੀ ਦੱਸੋ ਤੁਹਾਡੇ ਕੀ ਵਿਚਾਰ ਹਨ ਹਾਂ ਜੀ ਮੇਰੇ ਵਿਚਾਰ ਇਹ ਹੈ ਕਿ ਮੈਂ ਹੁਣੇ ਤੁਹਾਡੇ ਮੁੱਦੇ ਨੂੰ ਜਦੋਂ ਆਉਣ ਕੀਤਾ ਮੈਂ ਸੋਚਿਆ ਕਿ ਕੈਨੇਡਾ ਦੇ ਵਿੱਚ ਕੌਣ ਲੇਟ ਨੇ ਇਹ ਮੁੱਦਾ ਠਾਇਆ ਇਸ ਸਕੂਲਾਂ ਦੇ ਵਿੱਚ ਕਿਉਂ ਪੁੱਛਿਆ ਜਾ ਰਿਹਾ ਕਿਉਂ ਨਾ ਪੁੱਛਿਆ ਗਏ ਕਿਉਂਕਿ ਜਦੋਂ ਪ੍ਰਚਾਰ ਹੁੰਦਾ ਜਦੋਂ ਇੱਕ ਗੋਦੀ ਮੀਡੀਆ ਤੇ ਮੋਦੀ ਮੀਡੀਆ ਕਿਸਾਨਾਂ ਦੇ ਖਿਲਾਫ ਪ੍ਰਚਾਰ ਕਰਦਾ ਤੇ ਕੀ ਕਰੇ ਇੱਕ ਕੌਨਸਲਿਡਟ ਕਿਉਂ ਨਹੀਂ ਬੋਲਦੀ ਅੱਜ ਜੇ ਟੀਚਰ ਬੱਚਿਆਂ ਨੂੰ ਇਹ ਗੱਲ ਪੁੱਛ ਰਿਹਾ ਜਾਂ ਦੱਸ ਰਿਹਾ ਨੇ ਇਹਦਾ ਮਤਲਬ ਹੈ ਕਿ ਇਹ ਕਿਸਾਨੀ ਦਾ ਮੁੱਦਾ ਵਰਲਡ ਵਾਈਡ ਹੋ ਚੁੱਕਿਆ ਜੀ ਥੈਂਕ ਯੂ ਮੈਂ ਇਹ ਗੱਲ ਕਹਿ ਰਿਹਾ ਕਿ ਮੈਂ ਉਹ ਕਾਉਂਸਲ ਤੇ ਦੇ ਆਫਟਰ ਆ ਗੂ ਜੋ ਹੀ ਨਹੀਂ ਲੇਖਦਾ ਨਹੀਂ ਡਾਕਟਰ ਜੀ ਆ ਉਹਨਾਂ ਨੂੰ ਪੁੱਛਣਾ ਤੁਸੀਂ ਰੋਟੀ ਨਹੀਂ ਖਾਂਦੇ ਤੁਸੀਂ ਚਾਹ ਨਹੀਂ ਖਾਂਦੇ ਤੁਸੀਂ ਆਟਾ ਨਹੀਂ ਖਾਂਦੇ ਉਹ ਖਾਂ ਲਗਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਪੈਦਾ ਕੌਣ ਕਰਦਾ ਵਰਲਡ ਦੇ ਵਿੱਚ ਜਿੰਨੇ ਜੀਵੀਦਾਰ ਨੇ ਕਿਸਾਨ ਨੇ ਭਾਵੇਂ ਅਮਰੀਕਾ ਦੇ ਭਾਵੇਂ ਇੰਡੀਆ ਦੇ ਨੇ ਭਾਵੇਂ ਬੰਗਲਾਦੇਸ਼ ਦੇ ਨੇ ਜਾਂ ਹੋਰ ਕਿਸੇ ਕੰਟਰੀ ਦੇ ਨੇ ਕੈਨੇਡਾ ਦੇ ਨੇ ਪੈਦਾ ਤੇ ਖਾਣਾ ਹੀ ਕਰਿਆ ਨਾ ਜੀ ਔਰ ਇਹ ਬੈਠੇ ਸਵੇਰੇ ਬ੍ਰੇਕਫਾਸਟ ਵੀ ਉਹ ਆਟੇ ਚੋਂ ਡਾ ਕਰਦੇ ਹੋਣਗੇ ਲੰਚ ਵੀ ਕਰਦੇ ਹੋਣਗੇ ਸ਼ਾਮ ਤੱਕ ਜਿਹੜਾ ਖੋਜਨੇ ਕਰਦੇ ਆ ਇਹ ਵੀ ਰੋਟੀਆਂ ਖਾਂਦੇ ਦਾਲ ਖਾਂਦੇ ਚੌਹ ਕਰਦੇ ਨੇ ਜੀ ਸੋਚਦੀ ਆਈ ਜੀ ਤੁਹਾਨੂੰ ਜੀ ਨੂੰ ਸੋਚ ਨਹੀਂ ਆਈ ਕਿ ਉਹ ਕਿਸਾਨ ਜਿਹੜਾ ਉਹਨੂੰ ਆਪਣੀ ਹੁਕਮ ਮੰਨਦੇ ਆ ਹੁੰਦਲ ਜੀ ਹੁੰਦਲ ਹੁੰਦਲ ਜੀ ਆਪਾਂ ਇਹ ਹੁੰਦਲ ਜੀ ਆਪਾਂ ਤਾਂ ਇੱਥੇ ਇਹ ਵੀ ਕਹਿ ਸਕਦੇ ਆ ਕਿ ਚਲੋ ਜੋ ਕਾਉਂਸੂਲੇਟ ਅ ਅ ਵਿੱਚ ਕੰਮ ਕਰਨ ਵਾਲੇ ਜਿਨ੍ਹਾਂ ਨੇ ਇਹ ਚਿੱਠੀ ਸੈਂਡ ਕੀਤੀ ਉਹ ਤਾਂ ਆਪਣੀ ਜੌਬ ਕਰ ਰਹੇ ਉਹਨਾਂ ਨੂੰ ਉੱਤੋਂ ਆਰਡਰ ਆਇਆ ਉਸ ਚੀਜ਼ ਨੂੰ ਫਾਲੋ ਕਰ ਰਹੇ ਰਾਈਟ ਬਟ ਇਥੇ ਸਵਾਲ ਜ਼ਰੂਰ ਬੰਦ ਆ ਜੋ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਆਪਾਂ ਇਹਨਾਂ ਮੁਲਕਾ ਦੇ ਵਿੱਚ ਆਂਦੇ ਆ ਆਪਾਂ ਬ੍ਰੌਡ ਆ ਕੇ ਵੱਸਦੇ ਆ ਤਾਂ ਕਿ ਸਾਡੇ ਬੱਚਿਆਂ ਕੋਲ ਉਹ ਆਪਰਚੂਨਿਟੀਆਂ ਉਹ ਪੜ੍ਹਾਈ ਲਿਖਾਈ ਦੀ ਫੈਸਿਲਿਟੀਆਂ ਹੋਣ ਜੋ ਸ਼ਾਇਦ ਉਹਨਾਂ ਨੂੰ ਇੰਡੀਆ ਨਹੀਂ ਮਿਲਦੀ ਸੀ ਉਸ ਖੁੱਲੇ ਤਰੀਕੇ ਨਾਲ ਉਸ ਚੰ ਜੀਨ ਲਿਖਨ ਪੜਨ ਜੋ ਸ਼ਾਇਦ ਉਹਨਾਂ ਨੂੰ ਇੰਡੀਆ ਦੇ ਵਿੱਚ ਨਹੀਂ ਸਹੂਲਤਾ ਮਿਲ ਸਕਦੀਆਂ ਸੀ ਤੇ ਉਸ ਆਮ ਖੁੱਲੀ ਸੋਚ ਪ੍ਰੋਗਰੈਸਿਵ এডੂਕੇਸ਼ਨ ਮਾਡਲ ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ ਉਹ ਵੀ ਇੰਡੀਆ ਤੋਂ ਇਹ ਕਿਸੇ ਵੀ ਦਖਲਅੰਦਾਜ਼ੀ ਨਹੀਂ ਮੰਨਦੀ ਕੈਨੇਡੀਅਨ এডੂਕੇਸ਼ਨ ਸਿਸਟਮ ਦੇ ਵਿੱਚ ਬਿਲਕੁਲ ਪਰ ਹੁੰਦਾ ਜੀ ਪਾਬੰਦੀ ਹੈ ਇਹ ਆਪਾਂ ਡੈਮੋਕ੍ਰੈਟਿਕ ਕਾਹ ਫਿਰਦੇ ਡੈਮੋਕ੍ਰੇਸੀ ਕਹਿ ਸਕਦੇ ਆ ਇਹ ਡੈਮੋਕ੍ਰੇਸੀ ਕਾਦੀ ਤੇ ਜੀ ਆਪਣੇ ਆਪਣੀ ਆਖਰੀ ਆਵਾਜ਼ ਨਹੀਂ ਉਠਾ ਸਕਦੇਹੀਂ ਆਖਰੀ ਆਵਾਜ਼ ਜੁਆਰੂ ਤੱਕ ਇਹ ਖਾ ਮੰਗੇ ਜੀ ਅਸੀਂ ਹਰ ਕੰਟਰੀ ਦੀ ਕਾਉਂਸਲੇਟ ਨੂੰ ਵੀ ਬੇਨਤੀ ਕਰਾਂਗੇ ਅਸੀਂ ਉਹਨਾਂ ਦੇ ਪ੍ਰੈਸ਼ਰ ਵੀ ਪਾਵਾਂਗੇ ਉਹਨਾਂ ਨੂੰ ਗਲਤ ਲਫਾਜ਼ ਨਹੀਂ ਬੋਲਾਂਗੇ ਅਸੀਂ ਇਹ ਗੱਲ ਉਹਨਾਂ ਨੂੰ ਜਰੂਰ ਕਹਾਂਗੇ ਕਿ ਇੱਕ ਸਥਾਨੇ ਆ ਜਿੱਥੋਂ ਅਸੀਂ ਰੋਟੀ ਖਾਂਦੇ ਆ ਜਿਹੜੀ ਭਾਂੋਂ ਤੋਂ ਜਿਹੜੀ ਮਿੱਟੀ ਤੋਂ ਜਿੱਨਾ ਬਜ਼ੁਰਗਾ ਨੇ 파ਟੜਾ ਤੇ ਕੋਕੋਲੀ ਨੂੰ ਸਾੜ ਕੇ ਮਿੱਧ ਕੇ ਉਸ ਜ਼ਮੀਨ ਨੂੰ ਵਾਹ ਦੇ ਯੋਗ ਕੀਤਾ ਆ ਤੇ ਉਹਦੇ 'ਚ ਉਹ ਜੀ ਖੇਤੀ ਕਰਕੇ ਕੱਢੇ ਇਹ ਹਿੰਦੁਸਤਾਨ ਆ ਭਾਰਤ ਨੂੰ 85% ਅਸੀਂ ਇਮਾਨਦਾਰੀ ਦੇ ਰਹੇ ਹਾਂ ਸਾਡਾ ਉਹਦਾ ਉਹ ਸਾਡਾ ਉਹ ਗਲਤਪੋਣਾ ਚੰਦੇ ਨੇ ਕਿ ਕਦੇ ਵੀ ਹੋਏਗਾ ਨਾ ਇਹ ਪ੍ਰਸਾਦ ਕਰਾਂਗੇ ਔਰ ਮੈਂ ਕਹਿੰਨਾ ਵੀ ਖੁਸ਼ੀ ਦੀ ਗੱਲ ਹੈ ਉਹਨਾਂ ਟੀਚਰਾਂ ਨੂੰ ਮੈਂ ਸ਼ਾਬਾਸ਼ੇ ਦਨਾ ਹੈ ਜਿਨ੍ਹਾਂ ਨੇ ਇਹ ਸਟੂਡੈਂਟਾਂ ਤੱਕ ਗੱਲ ਪਹੁੰਚਾਈ ਆ ਕਿਉਂਕਿ ਸਾਡੀ ਜਨਰੇਸ਼ਨ ਉਥੇ ਭਾਰਤੀ ਵੀ ਹੋਣਗੇ ਉਥੇ ਹੋਰ ਕੰਟਰੀ ਦੇ ਵੀ ਲੋਕ ਹੋਣਗੇ ਜਿਹੜੇ ਪੱਛੇ ਹੋਣਗੇ ਉਹਨਾਂ ਨੂੰ ਇਹ ਕੋਈ ਗੰਤ ਗੱਲ ਨਹੀਂ ਔਰ ਮੈਂ ਕਹਿੰਨਾ ਕਿ ਇਹ ਬੰਦੇ ਨੂੰ ਤੁਮ ਤੁਹਾਂ ਤੋਂ ਸਕਾਰ ਮਾਰ ਕੇ ਬੁਲਾਈ ਜੀ 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 ਬਿਲਕੁਲ 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 ਹੰਦਲ ਸਾਹਿਬ ਜੀ ਥੈਂਕ ਯੂ so much ਤੁਹਾਡੀ ਕਾਲ ਲਈ I appreciate ਤੁਸੀਂ ਨੇ ਜਜ਼ਬੇ ਦੇ ਨਾਲ ਆਪਣੇ ਵਿਚਾਰ ਸਾਡੇ ਨਾਲ ਇੱਥੇ ਰੱਖੇ ਬਟ ਡੈਫੀਨਿਟਲੀ ਥੀ ਇਜ਼ ਰੂਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਮ ਅਗਰ ਇਸ ਚੀਜ਼ ਨੂੰ ਆਪਾਂ ਨਹੀਂ ਇਹਦੇ ਤੇ ਵਿਚਾਰ ਕੀਤੇ ਨਹੀਂ ਇਹਦੇ ਬਾਰੇ ਸੋਚਿਆ ਕਿ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਅ ਅੱਜ ਕੈਨੇਡਾ ਦੇ ਸਕੂਲ ਸਿਸਟਮ ਵਿੱਚ ਹੋ ਰਹੀ ਹੈ ਕੱਲ ਅਮਰੀਕਾ ਦੇ ਸਕੂਲ ਸਿਸਟਮ ਵਿੱਚ ਹੋ ਸਕਦੀ ਹੈ ਐਨ ਇਥੇ ਸਕੂਲ ਸਿਸਟਮ ਬਣਿਆ ਜਾਂਦਾ ਦੁਨੀਆ ਦੇ ਵਿੱਚ ਸਭ ਤੋਂ ਵਨ ਆਫ ਦਾ ਮੋਸਟ ਐਡਵਾਂਸਡ ਸਕੂਲ ਸਿਸਟਮਸ ਐਂ ਇਥੇ ਫਰੀडम ਆਫ ਸਪੀਚ ਵੀ ਮੰਨੀ ਜਾਂਦੀ ਹੈ ਤੇ ਅਗਰ ਉੱਥੇ ਦਖਲਅੰਦਾਜ਼ੀ ਹੋ ਸਕਦੀ ਹੈ ਤੇ ਕਿੱਥੇ ਤੱਕ ਉਹ ਜਾਊਗੀ ਆਮ ਇਸ ਚੀਜ਼ ਦੀ ਗੱਲ ਕਰ ਰਹੇ ਹਾਂ ਹੋਰ ਕਾਲਰ ਸਾਡ ਨਾਲ ਜੁੜ ਚੁਕੇ ਸਸਟੀਕਲ ਤੁਸੀਂ ਆਨ ਐਰੋ ਹਾਂਜੀ ਹਾਂਜੀ ਸਸਟੀਕਲ ਜੀ ਹਾਂਜੀ ਸਸਟੀਕਲ ਜੀ ਐਸਮਤ ਜੀ ਮੈਂ ਬੈਂਕੀ ਕਰਨੀ ਸੀ ਕਿ ਐਨਵੀ ਇੱਥੇ ਰੱਖਦੇ ਐਂ ਮੈਨੂੰ ਜੀ ਦਾ

कर तो 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 चुके है मेरा दोस्त है ਮੇਰੇ ਨੇ ক্লোজ ਐਡ ਮੇਰੇ ਜਨਮ ਹੋਈ ਹੈ ਜੀ ਉਹ ਨੂੰ ਪਤਾ ਜੀ ਜਿਸ ਨੂੰ ਪਤਾ ਲੱਗਦਾ ਕੋਈ ਨਹੀਂ ਕਿ ਜਦੋਂ ਨੀਂਦਾਂ ਮੋਟੇ ਆਪਣੇ ਟੀਵੀ ਦੇਖਾਂਗੇ ਤਾਂ ਆਪਣੇ ਆਪਣੇ ਜਸਮ ਜਲੀ ਤੱਕ ਨਹੀਂ ਕੀਤਾ I love that ਜੀ ਗੋਲਡਨ ਬੈਕ ਫੈਮਲੀ ਜੀ 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 ਆਮ ਸੋ ਗਲੈਡ ਤੁਸੀਂ ਮੈਂਸ਼ਨ ਕੀਤਾ ਐਂਡ ਆਫਕੋਰਸ ਥੈਂਕ ਯੂ ਫॉर ਯੂਰ ਕਾਲ ਐਸ ਆਲਵੇਸ ਆਮ ਐਂਡ ਆਮ ਜਿਸ ਤਰ੍ਹਾਂ ਰਾਜਕੁਮਾਰ ਜੀ ਨੇ ਕਾਲਰ ਨੇ ਹੋਨੇ ਕਿਆ ਹਰਪ੍ਰੀਤ ਸਿੰਘ ਤੂਰ ਜੀ ਇਸ ਇਲੈਕਸ਼ਨ ਦੇ ਵਿੱਚ ਵੀ ਰਨ ਕਰ ਰਹੇ ਹਨ ਆਮ ਜਿਸ ਤਰ੍ਹਾਂ ਤਾਂ ਦੱਸਿਆ ਸੀ ਨਿਊਯਾਰਕ ਸਿਟੀ ਦੀ ਪ੍ਰਾਈਮਰੀ ਇਲੈਕਸ਼ਨਜ਼ ਜਾਰੀ ਹਨ ਕੱਲ VOTING DAY ਹੈਗਾ ਤੇ ਆਪ ਦੀ ਕਮਿਊਨਿਟੀ ਵਿੱਚੋਂ ਵੀ ਕਿੰਨੇ ਜ਼ਿਆਦਾ ਕੈਂਡੀਡੇਟਸ ਇਸ ਵਾਰੀ ਪਾਰਟਿਸਿਪੇਟ ਕਰ ਰਹੇ ਹੈ ਜਿਨ੍ਹਾਂ ਵਿੱਚੋਂ ਇੱਕ ਹਰਪ੍ਰੀਤ ਸਿੰਘ ਤੂਰ ਜੀ ਹੈਗੇ ਡਿਸਟ੍ਰਿਕਟ 23 ਤੋਂ ਆ ਮੈਂ ਹੋਰ ਤੁਹਾਨੂੰ ਇਸ ਸਕੂਲ ਡਿਸਟ੍ਰਿਕਟ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਇਸ ਕੰਟਰੋਵਰਸੀ ਨੂੰ ਲੈ ਕੇ ਇਸ ਇੰਡੀਅਨ ਕਾਉਂਸਲ ਦੀ ਚਿੱਠੀ ਨੂੰ ਲੈ ਕੇ ਬਣ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਇੱਥੇ ਕੋਈ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਲਾਈਵ ਤੁਹਾਡੇ ਨਾਲ ਹਾਜ਼ਰ ਹੋਏ ਆ ਤੁਸੀਂ ਵੀ ਸਾਡੇ ਨਾਲ ਜੁੜੋ ਜਰੂਰ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਮਿਲਦੇ ਆ ਬ੍ਰੇਕ ਤੋਂ ਬਾਅਦ ਅਸਾਇਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਆ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਟੋਰਾਂਟੋ ਦੇ ਤਿੰਨ ਸਕੂਲ ਡਿਸਟ੍ਰਿਕਟਸ ਨੂੰ ਚਿੱਠੀ ਗਈ ਇੰਡੀਅਨ ਕਾਉਂਸਲੇਟ ਵੱਲੋਂ ਚਿੱਠੀ ਨੇ ਕਿਹਾ ਕਿ ਤੁਹਾਡੇ ਸਕੂਲਸ ਵਿੱਚ ਕਿਸਾਨ ਮੋਰਚੇ ਨੂੰ ਲੈ ਕੇ ਇੰਡੀਆ ਖਿਲਾਫ ਚੀਜ਼ਾਂ ਸਿਖਾਈਆਂ ਜਾ ਰਹੀਆਂ ਇਹਦੇ ਕਰਕੇ ਸਾਡੇ ਇੰਡੀਅਨ ਬੱਚਿਆਂ ਨੂੰ ਬੁਲੀ ਕੀਤਾ ਜਾ ਰਿਹਾ ਹੈ ਇਹਦੀ ਵੀ ਸਟੋਰੀ ਤੁਹਾਨੂੰ ਦੱਸਦੀਆਂ ਥੋੜੀ ਹੋਰ ਗਹਿਰਾਈ ਦੇ ਵਿੱਚ ਆ ਕੁਝ ਸਕੂਲਸ ਦੇ ਵਿੱਚ ਟੋਰਾਂਟੋ ਦੇ ਵਕਫ ਵਕ ਸਕੂਲ ਡਿਸਟ੍ਰਿਕਟ ਪੀਲ ਸਕੂਲ ਡਿਸਟ੍ਰਿਕਟ ਇੱਕ ਇਹਨਾਂ ਦੇ ਵਿੱਚੋਂ ਇੱਕ ਹੈਗਾ ਉਹਦੇ ਵਿੱਚ ਆ ਇੱਕ ਹਾਈ ਸਕੂਲ ਦੇ ਵਿੱਚ ਆ ਟੀਚਰਸ ਇਸ ਕਿਸਾਨ ਮੋਰਚ ਨੂੰ ਲੈ ਕੇ ਕਰਿਕੂਲਮ ਸਿਖਾ ਰਹੇ ਸੀ ਇੱਕ ਹੋਰ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਇਹਦੇ ਬਾਰੇ ਸਿਖਾਇਆ ਗਿਆ ਤੇ ਇੱਕ ਗ੍ਰੇਡ 6 ਦੀ ਬੱਚੀ ਨੇ ਜਾ ਕੇ ਆਪਣੇ ਫਾਦਰ ਨੂੰ ਕੰਪਲੇਨਟ ਕੀਤੀ ਕਿ ਸਾਡੇ ਸਕੂਲ ਦੇ ਵਿੱਚ ਜੋ ਕਿਸਾਨ ਮੋਰਚੇ ਨੂੰ ਲੈ ਕੇ ਕਰਿਕਿਊਲਮ টিਚਰ ਸਿਖਾ ਰਹੇ ਹਨ ਉਹਦੇ ਕਰਕੇ ਮੈਨੂੰ ਇੱਕ ਇੰਡੀਅਨ ਹੋਣ ਦੇ ਨਾਤੇ ਬੁਲੀ ਕੀਤਾ ਜਾ ਰਿਹਾ ਹੈ ਉਸ ਫਾਦਰ ਨੇ ਜਾ ਕੇ ਇੰਡੀਅਨ ਕਾਉਂਸਲਟ ਨੂੰ ਕਿਹਾ ਕਿ ਸਾਡੀ ਬੱਚੀ ਨੂੰ ਬੁਲੀ ਕੀਤਾ ਜਾ ਰਿਹਾ ਹੈ ਬਿਕੋਜ਼ ਉਹਦੇ ਟੀਚਰਸ ਐਂਟੀ ਇੰਡੀਆ ਕਰਿਕਿਊਲਮ ਸਿਖਾ ਰਹੇ ਕਿਸਾਨ ਮੋਰਚੇ ਦੇ ਪ੍ਰਬੰਧਿਤ ਇਸ ਚੀਜ਼ ਨੂੰ ਲੈ ਕੇ ਇੰਡੀਅਨ ਕਾਉਂਸਲਟ ਨੇ ਚਿੱਠੀ ਲਿਖੀ ਇੱਕ ਕਿਸਮ ਦੀ ਸੀਸ ਐਂਡ ਡਿਸਿਸਟ ਅਗਰ ਤੁਸੀਂ ਕਾਨੂੰਨੀ ਟਰਮਸ ਨਾਲ ਵਾਕਿਵੋ ਸੀਸ ਐਂਡ ਡਿਸਿਸਟ ਚਿੱਠੀ ਹੁੰਦੀ ਕਿ ਜੋ ਤੁਸੀਂ ਕਰ ਰਹੇ ਹੋ ਉਹਨੂੰ ਇਮੀਡੀਏਟਲੀ ਰੋਕ ਰੋਕ ਲਾ ਦਿਓ ਬਿਕੋਜ਼ ਏਸ ਚੀਜ਼ ਦੇ ਨਾਲ ਅਸੀਂ ਸਹਿਮਤੀ ਨਹੀਂ ਰੱਖਦੇ ਇਸ ਚੀਜ਼ ਦੇ ਨਾਲ ਸਾਨੂੰ ਕੋਈ ਡੈਮੇਜ ਹੋ ਰਿਹਾ ਹੈ ਸੋ ਇੰਡੀਅਨ ਗਵਰਨਮੈਂਟ ਨੇ ਇੱਕ ਕਿਸਮ ਦਾ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਰੋਕਪਾਂ ਦੀ ਕੋਸ਼ਿਸ਼ ਕੀਤੀ ਹੋਈ ਹੈ ਖਾਸ ਕਰਕੇ ਕਿਸਾਨ ਮੋਰਚੇ ਨੂੰ ਲੈ ਕੇ ਉਹਨਾਂ ਨੇ ਇਨ ਇੱਕ ਵੀ ਗੱਲ ਕਹੀ ਹੈ ਕਿ ਅਗਰ ਇਨ ਸਕੂਲਾਂ ਦੇ ਵਿੱਚ ਇਸ ਚੀਜ਼ ਨੂੰ ਨਹੀਂ ਰੋਕਿਆ ਗਿਆ ਕਿ ਇਹ ਜੋ ਇਹ ਜੋ ਤੁਸੀਂ ਕਹਿ ਲੋ ਕਰੰਟ ਇਵੈਂਟਸ ਜਾਂ ਹਿਸਟਰੀ ਦੇ ਲੈਸਨਸ ਦਿੱਤੇ ਜਾ ਰਹੇ ਹਨ ਇਹਨਾਂ ਦੇ ਕਰਕੇ ਇੰਡੀਆ ਤੇ ਕੈਨੇਡਾ ਦੇ ਜੋ ਵਧੀਆ ਸੰਬੰਧ ਹਨ ਉਹਨਾਂ ਤੇ ਜ਼ੈਰ ਪੈ ਸਕਦਾ ਹੈ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਤੁਹਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਜੋ ਸਿਖਾਇਆ ਜਾ ਰਿਹਾ ਆ ਕਿੰਨਾ ਕਿਨਫਲੂਐਂਸ ਹੋਦਾ ਬਾਰਲੇ ਮੁਲਕਾਂ ਦੀ ਗਵਰਨਮੈਂਟਸ ਦਾ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਅਨਿਸ਼ਾ ਜੀ ਕੀ ਹਾਲ ਹੈ ਜੀ ਸਭ ਠੀਕ ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਹਨ ਹਾਂਜੀ ਮੈਂ ਕਹਿ ਰਹੀ ਜੀ ਕਿ ਇਹ ਬਲਕਿ ਹੱਦ ਹੱਦ ਹੋ ਗਈ ਹੈ ਜੀ ਕਿ ਡੈਮੋਕਰਟ ਕੰਟਰੀ ਤੁਸੀਂ ਬਾਹਰ ਆਣ ਕੇ ਵੀ ਤੁਸੀਂ ਕਮਿਊਨਿਸਟ ਕੰਟਰੀਸ ਚਾਈਨਾ ਜਾਂ ਨਾਰਥ ਕੋਰੀਆ ਉਸ ਟਾਈਪ ਦੇ ਤੁਸੀਂ ਆਪਣੇ ਆਪ ਨੂੰ ਕੰਟਰੀ ਨੂੰ ਬਣਾ ਚਾਹੁੰਦੇ ਹੋ ਕੋਈ ਗੱਲ ਕੋਈ ਕਰ ਨਹੀਂ ਸਕਦਾ ਇਸ ਤਰ੍ਹਾਂ ਵੀ ਮੈਂ ਦੇਖਿਆ ਹੈ ਕਿ ਇੱਕ ਮੇਰਾ ਫਰੈਂਡ ਹੈ ਉਹਨਾਂ ਦੀ ਕੀ ਕুইਨ ਕਾਲਜ ਤੇ ਨਿਊਯਾਰਕ ਦੇ ਵਿੱਚ ਸੀ ਉਹ ਦਾਸਰੀ ਸੀ ਆਪਕੀ ਕਲਾਸਿਕ 84 ਦੇ ਵਿੱਚ ਜੀ ਰਾਈਡ ਇਸ ਤਰ੍ਹਾਂ ਉਹਨਾਂ ਨੂੰ ਕਰ ਲਿਆ ਹੋਈ ਸੀ ਜੀ ਤੇ ਇੱਕ ਹੋਰ ਦੂਸਰਾ ਅਧਿਆਪਕ ਹੀ ਜਿਹੜਾ ਨਾਨ ਸਿਕ ਸੀ ਜੀ ਉਹ ਉਹ ਕਹਿੰਦਾ ਸਾਨੂੰ ਕਿ ਇੱਕ ਗੱਲ ਸਾਰੀ ਝੂਠ ਹੈ ਕੁਝ ਨਹੀਂ ਹੋਇਆ 84 ਦਾ ਗੱਲ ਕੋਈ ਨਹੀਂ ਹੋਈ ਯਾਨੀ ਇੱਥੋਂ ਤੱਕ ਵਾਓ ਇਹ ਹੈ ਕਿ ਉਹ ਉਹਨੇ ਫਿਰ ਉਹ ਕਟਿੰਗ ਬਗੂਗੋਗ ਲਿਆਉਂਦੀਆਂ ਦਿਖਾਈਆਂ ਉਹਨਾਂ ਨੂੰ ਪ੍ਰੋਫੈਸਰ ਪ੍ਰੋਫੈਸਰ ਨੇ ਪਹਿਲੇ ਤੋਂ ਸੀ ਲੋਕਲ ਅੰਦਰ ਸੈਰਿੰਗ ਮੀਡੀਆ ਦੇ ਵਿੱਚ ਇਹ ਅੰਜੀਜ਼ ਹੋਈ ਹੈ ਆ ਆ ਜੋ ਸੈ ਉਹ ਬੱਚੇ ਸਿਰ ਵੀ ਕਹਿ ਰਹੇ ਕਹਿੰਦੇ ਸਿਰਫ ਬਣਾਇਆ ਗਈ ਗੱਲ ਹੈ ਕੋਈ ਸੱਚੀ ਬੰਦੇ ਨੂੰ ਕੁਝ ਨਹੀਂ ਹੋਇਆ ਇੰਨੀ ਅਚਾਬਾ ਕਿ ਇਹਨਾਂ ਇਹਨਾਂ ਦੀ ਸੋਚ ਹੈ ਆਰਐਸਐਸ ਵਾਲਿਆਂ ਦੀ ਜਨ ਜਨ ਦੇ ਤੱਕ ਇਹ ਕਰ ਰਹੇ ਹੈ ਯਾ ਅੱਜਕੱਲ ਤੇ ਇਹ ਬਿਲਕੁਲ ਜੈਨੂਨ ਹੈ ਕਿ ਇਹ ਪ੍ਰੋਟੈਸ ਇਹ ਕੋਈ ਉਹਨਾਂ ਨੂੰ ਕਿਹਾ ਸੀ ਕਿਸੇ ਦੇ ਅਗੇਂਸਟ ਗਵਰਨਮੈਂਟ ਜਿਹਨਾਂ ਤੇ ਰੋਕਾਵਟ ਡਾਲ ਰਹਿਣਾਂ ਦੇ ਕੰਮ ਵਿੱਚ ਸਿੰਪਲ ਆਪਣਾ ਕਰ ਰਹੇ ਪੀਸੂ ਕਰ ਰਹੇ ਨੇ 100% ਪੀਸੂ ਕਰ ਰਹੇ ਨੇ ਬੋਲ ਨੂੰ ਪਤਾ ਲੱਗਣਾ ਚਾਹੀਦਾ ਹੈ ਤੇ ਇਹਦੇ ਨਾਲ ਉਹਨਾਂ ਕੋ ਸਿੱਖਾ ਵੱਡਾ ਲੱਗਦਾ ਉਹਨਾਂ ਨੂੰ ਕਿ ਬਦਵਦ ਕੰਮ ਬਹੁਤ ਨਵਾਂ ਜੀ ਜੀ ਐਂਡ ਆਈ थैंक यू सो मच ਔਰ தி ਕਮੈਂਟਸ ਲੈ ਇਮ ਆਮ ਗਲੈਡ ਟੂ ਸੀ ਇਹ 1984 ਦੀ ਗੱਲ ਸੜਨਾ ਸਾਂਝੀ ਕੀਤੀ ਸਾਡੇ ਨਾਲ ਸ਼ੇਅਰ ਕੀਤੀ ਕਿ ਇੱਥੇ ਵੀ ਨਿਊਯਾਰਕ ਸਿਟੀ ਦੇ ਵਿੱਚ ਜੋ ਦੁਨੀਆ ਦਾ ਮੈਲਟਿੰਗ ਪੌਟ ਮੰਨਿਆ ਜਾਂਦਾ ਇੱਥੇ ਹਰ ਕਿਸਮ ਦੇ ਹਰ ਦੁਨੀਆ ਦੇ ਕੋਨੇ-ਕੋਨੇ ਤੋਂ ਆਕੇ ਲੋਕੀ ਵੱਸਦੇ ਇੱਕ ਦੂਜੇ ਨਾਲ ਰਲ ਕੇ ਇੱਥੇ ਰਹਿ ਰਹੇ ਐ ਇੱਥੇ ਵੀ ਇੱਥੇ ਦੇਖ ਕਾਲਜ ਦੇ ਵਿੱਚ ਜਦੋਂ ਇੱਕ ਸਟੂਡੈਂਟ ਨੇ ਕਲਾਸ ਵਿੱਚ 84 ਨੂੰ ਲੈ ਕੇ ਕੁਝ ਚੀਜ਼ਾਂ ਸ਼ੇਅਰ ਕੀਤੀ ਤੇ ਉਹਦੇ ਖਿਲਾਫ ਕਿਸੇ ਹੋਰ ਸਟੂਡੈਂਟ ਨੇ ਕਿਹਾ ਕਿ ਇਹ ਤਾਂ ਬਿਲਕੁਲ ਝੂਠ ਹੈ ਆ ਯੂ نو ਸਾਡੀ ਜੋ ਸਿੱਖ ਕਮਿਊਨਿਟੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਦੁੱਖ ਹੁੰਦਾ ਹੈ ਦਿਲ ਤੇ ਸੇਠ ਠੇਸ ਪਹੁੰਚਦੀ ਹੈ ਇਹ ਸੋਚ ਕੇ ਕਿ ਜੋ ਇਤਿਹਾਸ ਜੋ ਇੰਨੀ ਵੱਡੀ ਤਰਾਸਤੀ ਹੋਈ ਉਸ ਚੀਜ਼ ਨੂੰ ਲੋਕੀ ਮਤਲਬ ਕਹਿੰਦੇ ਕਿ ਇਹ ਤਾਂ ਹੋਈ ਹੀ ਨਹੀਂ ਇਹਦਾ ਇੱਕ ਮੈਂ ਤੁਹਾਨੂੰ ਕੰਪੈਰੀਸਨ ਦਾ ਦੱਸ ਦੱਸਣਾ ਚਾਹੁੰਦੀ ਆ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਇਦਾਂ ਹੋ ਰਿਹਾ ਜੋ ਜੂਇਸ਼ ਕਮਿਊਨਿਟੀ ਹੈ ਯਹੂਦੀਆਂ ਦੀ ਕਮਿਊਨਿਟੀ ਹੈਗੀ ਉਹਨਾਂ ਦੇ ਨਾਲ ਮੈਂ ਕਹਾਂਗੀ ਹਿਸਟਰੀ ਦਾ ਸਭ ਤੋਂ ਵੱਡਾ ਮਾਡਰਨ ਹਿਸਟਰੀ ਦਾ ਇਸ ਸੈਂਚਰੀ ਦਾ ਸਭ ਤੋਂ ਵੱਡੀ ਤਰਾਸਤੀ ਉਹਨਾਂ ਦੇ ਨਾਲ ਹੋਈ ਜੋ ਹੋਲੋਕਾਸਟ ਸੀਗੀ ਵਰਲਡ ਵਾਰ 2 ਦੇ ਵਿੱਚ ਕਿਸ ਤਰ੍ਹਾਂ ਹਿਟਲਰ ਤੇ ਜਰਮਨ ਨਾ齐ਜ਼ ਨੇ ਯਹੂਦੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਇਹ ਚੀਜ਼ ਨੂੰ ਪੂਰੀ ਦੁਨੀਆ ਮੰਨਦੀ ਹੈ ਕਿ ਵਰਲਡ ਵਾਰ 2 ਹੋਈ ਹੋਲੋਕਾਸਟ ਹੋਈ ਯਹੂਦੀਆਂ ਨੂੰ ਮਿਲੀਅਨਸ ਦੀ ਤਦਾਦ ਦੇ ਵਿੱਚ ਮਾਰਿਆ ਗਿਆ ਇਨਕ ਕਿ ਉਹਨਾਂ ਨੂੰ ਯੂਰਪ ਛੱਡ ਕੇ ਇਜ਼ਰਾਈਲ ਦੇ ਵਿੱਚ ਆਪਣਾ ਘਰ ਵਸਾਣਾ ਪਿਆ ਇਸ ਚੀਜ਼ ਦੇ ਬਾਵਜੂਦ ਵੀ ਹਲੇ ਵੀ ਇਸ ਕਿਸਮ ਦੇ ਲੋਕ ਕੀ ਐਗਜ਼ਿਸਟ ਕਰਦੇ ਆ ਜੋ ਹੋਲੋਕਾਸਟ ਨੂੰ ਮੰਨਦੇ ਹੀ ਨਹੀਂ ਐ ਉਹਨਾਂ ਦੇ ਲਈ ਇੱਕ ਸਪੈਸ਼ਲ ਟਰਮ ਬਣਾਈ ਗਈ ਐ ਹੋਲੋਕਾਸਟ ਡਿਨਾਇਰਸ ਹੋਲੋਕਾਸਟ ਡਿਨਾਇਰਸ ਉਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਇਹ ਮਤਲਬ ਤੁਸੀਂ ਕਹਿ ਲਓ ਆਮ ਇਹ ਉਹਨਾਂ ਦਾ ਟਾਈਟਲ ਹੈ ਲੇਬਲ ਹੈ ਉਹਨਾਂ ਨੂੰ ਦਿੱਤਾ ਗਿਆ ਬਿਕੋਜ਼ ਇਹ ਜੋ ਇੰਨੀ ਵੱਡੀ ਚੀਜ਼ ਪੂਰੀ ਦੁਨੀਆ ਮੰਨਦੀ ਹੋਈ ਉਹਦੇ ਵੀ ਉਹ ਖਿਲਾਫ ਕਹਿੰਦੇ ਕਿ ਨਹੀਂ ਇਹ ਨਹੀਂ ਹੋਈ ਜੇਕਰ 19 ਇੰਨੀ ਵੱਡੀ ਚੀਜ਼ ਨੂੰ ਲੋਕੀ ਤੁਸੀਂ ਕਹਿ ਲਓ ਆਮ ਡਿਨਾਈ ਕਰਨ ਲਈ ਬੈਠੇ ਐ ਤੇ ਫਿਰ ਸਾਡੀ 84 ਜਾਂ ਜੋ ਕਿਸਾਨ ਮੋਰਚਾ ਹੋ ਰਿਹਾ ਉਹ ਆਮ ਕਿਸ ਜਗ੍ਹਾ ਤੇ ਫਿਟ ਆਉਂਦਾ ਇਟ ਡਸਨਟ ਇਹਦਾ ਸਿਰਫ ਇੱਕ ਹੀ ਹੱਲ ਹੈ ਕਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ এডੂਕੇਸ਼ਨ ਸਿਸਟਮ ਦੀ ਗੱਲ ਆਉਂਦੀ ਹੈ এডੂਕੇਸ਼ਨ ਸਿਸਟਮ ਤਾਂ ਸਿਰਫ ਇੱਕ ਹਿੱਸਾ ਹੈ ਤੁਹਾਨੂੰ ਪਤਾ ਤੁਹਾਡੇ ਆਪ ਦੇ ਬੱਚੇ ਕਿਸ-ਕਿਸ ਥਾਵਾਂ ਤੋਂ ਇਨਫਲੂਐਂਸ ਹੁੰਨੇ ਪਾਵੇਂ ਉਹ ਸੋਸ਼ਲ ਮੀਡੀਆ ਹੋਏ ਪਾਵੇਂ ਤੁਹਾਡੇ ਪਰਿਵਾਰ ਗੁਰਦੁਆਰਿਆਂ ਦੇ ਵਿੱਚ ਦੋਸਤਾਂ ਦੇ ਨਾਲ ਐਂਡ ਸਕੂਲ ਦੇ ਵਿੱਚ ਵੀ ਇਨ ਸਾਰੀ ਚੀਜ਼ਾਂ ਤੇ ਫਰਕ ਪੈਂਦਾ ਕਿ ਕਿੱਥੇ ਕਿੱਥੇ ਉਹ ਕੀ ਕੀ ਸਿੱਖ ਰਹੇ ਐ ਤੇ ਕਿਸ ਤਰ੍ਹਾਂ ਸਕੂਲਸ ਰਿਸਪੌਂਸਿਬਿਲਟੀ ਬਣਦੀ ਐ ਖਾਸ ਕਰਕੇ ਇਸ ਸਕੂਲ ਡਿਸਟ੍ਰਿਕਟ ਦੇ ਵਿੱਚ ਟੋਰਾਂਟੋ ਦੇ ਵਿੱਚ ਜਿੱਥੇ ਚਿੱਠੀਆਂ ਗਈਆਂ ਇੰਡੀਅਨ ਕਾਉਂਸਲਟ ਵੱਲੋਂ ਉਹਨਾਂ ਦੀ ਕੀ ਸਟੇਟਮੈਂਟ ਸੀਗੀ ਇਸ ਚੀਜ਼ ਦੇ ਖਿਲਾਫ ਜਦੋਂ ਇਹ ਚੀਜ਼ ਪਬਲਿਕ ਵਿੱਚ ਆਈ ਉਹਨਾਂ ਦੇ ਵੱਲੋਂ ਕੀ ਰਿਸਪੌਂਸ ਸੀਗਾ ਕਮਿਊਨਿਟੀ ਨੂੰ ਲੈ ਕੇ ਤੇ ਇੰਡੀਅਨ ਕਾਉਂਸੂਲੇਟ ਇਸ ਐਕਸ਼ਨ ਨੂੰ ਅੱਗੇ ਲੈ ਕੇ ਜਾ ਰਹੀ ਉਹਦੇ ਬਾਰੇ ਵੀ ਗੱਲ ਕਰਾਂਗੇ ਅਨ ਇੱਕ ਬੜੀ ਫਿਰ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਹਾਂ ਖਾਸ ਕਰਕੇ ਤੁਸੀਂ ਕੈਨੇਡਾ ਵਿੱਚ ਸਾਨੂੰ ਵੇਖ ਰਹੇ ਹੋ ਜ਼ਰੂਰ ਕਾਲ ਕਰੋ ਸਾਡੇ ਨਾਲ ਜੁੜੋ ਗੱਲ ਇਸੇ ਤਰ੍ਹਾਂ ਚੱਲਾਈ ਰਹੇਗੀ ਬ੍ਰੇਕ ਤੋਂ ਬਾਅਦ ਇੱਕ ਬਾਰੀ ਫਿਰ ਸਾਨੂੰ ਸਵਾਗਤ ਕਰਦੀਆਂ ਸੋ ਕਿਥੇ ਇੱਕ ਗਵਰਨਮੈਂਟ ਨੂੰ ਦੂਜੀ ਕੰਟਰੀ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਜਦੋਂ ਇੱਕ ਮੈਂ ਕਵਾਂਗੀ ਕਰੰਟ ਇਵੈਂਟਸ ਦੀ ਗੱਲ ਚੱਲ ਰਹੀ ਹੈ ਇੱਕ ਹਿਸਟੋਰੀਕਲ ਚੀਜ਼ ਦੀ ਗੱਲ ਚੱਲ ਰਹੀ ਹੈ ਜੋ ਕਿਸਾਨ ਮੋਰਚਾ ਹੈ ਦੁਨੀਆ ਦੇ ਵਿੱਚ ਰੈਕਗਨਾਈਜ਼ ਕੀਤਾ ਗਿਆ ਹੈ ਦੁਨੀਆ ਦੀ ਸਭ ਤੋਂ ਵੱਡੀ ਪ੍ਰੋਟੈਸਟ ਦੇ ਤੌਰ ਤੇ ਉਹਨੂੰ ਰੈਕਗਨਾਈਜ਼ ਕੀਤਾ ਗਿਆ ਹੈ ધ ਲਾਰਜੈਸਟ ਪ੍ਰੋਟੈਸਟ ਇਨ ਹਿਊਮਨ ਹਿਸਟਰੀ ਇਹ ਆਵਾਜ਼ ਦਿੱਤਾ ਹੈ ਕਿਸਾਨ ਮੋਰਚੇ ਨੂੰ ਵੱਖ-ਵੱਖ ਇੰਡੀਪੈਂਡੈਂਟ ਨਾਨ ਇੰਡੀਅਨ ਨਾਨ ਸਿੱਖ ਨਾਨ ਪੰਜਾਬੀ ਸੰਸਥਾਵਾਂ ਨੇ ਇਕਰਾਰ ਦਿੱਤਾ ਹੈ ਕਿ ਇਹ ਪ੍ਰੋਟੈਸਟ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਲੰਬੀ ਇਸ ਵੇਲੇ ਚੱਲ ਰਹੀ ਹੈ ਤੇ ਇਸ ਪ੍ਰੋਟੈਸਟ ਬਾਰੇ ਗੱਲ ਕਰਨਾ ਕਿ ਉਹ ਇੰਡੀਆ ਖਿਲਾਫ ਗੱਲ ਕਰਨੀ ਹੈ ਕਿ ਉਹ ਸੇਮ ਚੀਜ਼ ਹੈ ਕਿ ਤੁਸੀਂ ਅਗਰ ਕਰੰਟ ਇਵੈਂਟਸ ਨੂੰ ਕਵਰ ਕਰ ਰਹੇ ਹੋ ਤੇ ਉਹ ਆਟੋਮੈਟਿਕਲੀ ਐਂਟੀ ਇੰਡੀਆ ਬਣ ਜਾਂਦੀ ਹੈ ਕਿਉਂਕਿ ਰਿਵੈਂਟਸ ਹੀ ਦਦੀ ਹੋ ਰਹੀਆਂ ਹਨ ਤੇ ਤੁਸੀਂ ਉਸ ਦੀ ਗੱਲ ਨਹੀਂ ਕਰੋਗੇ ਤੇ ਤੁਸੀਂ ਟੀਚਰ ਕਿਸ ਕਿਸਮ ਦੇ ਤੇ ਕੈਨੇਡਾ ਦੇ ਵਿੱਚ ਖਾਸ ਕਰਕੇ 온ਟਾਰੀਓ ਦੇ ਵੱਖ-ਵੱਖ ਸਕੂਲ ਡਿਸਟ੍ਰਿਕਟਸ ਦਾ ਇਹੀ ਚੈਲੰਜ ਹੈ ਇਸ ਵੇਲੇ ਇਹ ਡਿਸਾਈਡ ਕਰਨਾ ਕਿ ਜੋ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਵੱਖ-ਵੱਖ ਪੰਜਾਬੀ ਸਿੱਖ ਬੱਚੇ ਹਨ ਉਹਨਾਂ ਦੀ ਫੈਮਿਲੀਜ਼ ਦੇ ਜੋ ਸੈਂਟੀਮੈਂਟਸ ਜੋ ਦਿਲੋਂ ਉਹ ਪਿੱਛੇ ਜੁੜੇ ਹੋਏ ਐ ਸ਼ਾਇਦ ਉਹਨਾਂ ਦੇ ਪਰਿਵਾਰ ਉਹਨਾਂ ਦੇ ਤੁਸੀਂ ਕਹਿ ਲਓ ਪਿੰਡ ਦੇ ਵਿੱਚ ਲੋਕੀ ਵਸਦੇ ਐ ਜਿਨ੍ਹਾਂ ਨੂੰ ਇਹ ਚੀਜ਼ ਅਜੇ ਵੀ ਇਫੈਕਟ ਕਰ ਰਹੀ ਐ ਉਹ ਚਾਹੁੰਦੇ ਐ ਕਿ ਉਹਨਾਂ ਦੇ ਬੱਚਿਆਂ ਨੂੰ ਦੱਸਿਆ ਜਾਏ ਕਿ ਫਾਰਮਰਸ ਪ੍ਰੋਟੈਸਟ ਕੀ ਆ ਕਿਉਂ ਹੋ ਰਹੀ ਐ ਕਿ ਕਿਸ ਤਰ੍ਹਾਂ ਇੱਕ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਲੋਕਾਂ ਨੂੰ ਆਮ ਇਹਨਾਂ ਦੀ ਸੈਂਟੀਮੈਂਟਸ ਨੂੰ ਇੰਨਾ ਜੋਸ਼ ਦੇ ਨਾਲ ਅੱਗੇ ਲੈ ਕੇ ਆ ਰਹੀ ਹੈ ਕਿ 200 ਦਿਨਾਂ ਬਾਅਦ ਵੀ ਉਹ ਬੈਠੇ ਹੋਏ ਐ ਦਿੱਲੀ ਦੇ ਬਾਰਡਰਾਂ ਤੇ ਆਮ ਇਹਨਾਂ ਦੂਜੇ ਪਾਸੇ ਆਫਕੋਰਸ ਇਨ ਸੇਮ ਕਮਿਊਨਿਟੀਆਂ ਦੇ ਵਿੱਚ ਖਾਸ ਕਰਕੇ 온ਟਾਰੀਓ ਦੀ ਜਦੋਂ ਗੱਲ ਆਉਂਦੀ ਹੈ ਉਥੇ ਇੰਡੀਅਨ ਸਟੂਡੈਂਟਸ ਵੀ ਹਨ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਇਸ ਬੱਚੀ ਦਾ ਐਗਜ਼ਾਮਪਲ ਦਿੱਤਾ ਸੀ 6 ਕਲਾਸ ਦੀ ਬੱਚੀ 6ਵੀਂ ਕਲਾਸ ਦੀ ਉਹਨੇ ਜਾ ਕੇ ਆਪਣੇ ਫਾਦਰ ਨੂੰ ਕਿਹਾ ਕਿ ਸਾਡੀ ਕਲਾਸ ਦੇ ਵਿੱਚ ਫਾਰਮਰਸ ਪ੍ਰੋਟੈਸਟ ਨੂੰ ਲੈ ਕੇ ਜਦੋਂ ਟੀਚਰ ਨੇ ਗੱਲ ਕੀਤੀ ਉਸ ਤੋਂ ਬਾਅਦ ਮੇਰੇ ਖਿਲਾਫ ਇੱਕ ਇੰਡੀਅਨ ਬੱਚੀ ਹੋਣ ਦੇ ਨਾਤੇ ਬੁਲੀਇੰਗ ਕੀਤੀ ਗਈ ਕੀ ਇਹ ਜੋ ਫਾਰਮਰਸ ਪ੍ਰੋਟੈਸਟ ਹੈ ਇੰਡੀਆ ਨੂੰ ਤੇ ਇੰਡੀਅਨਸ ਨੂੰ ਇੱਕ ਮਾੜਾ ਨਾਮ ਦੇ ਰਹੀ ਹੈ ਕਿ ਇਸ ਚੀਜ਼ ਬਾਰੇ ਗੱਲ ਕਰਨੀ ਐਂਟੀ ਇੰਡੀਆ ਤੇ ਇਸ ਫਾਦਰ ਨੇ ਜਾ ਕੇ ਕਾਉਂਸਲਟ ਨੂੰ ਕਿਹਾ ਤੇ ਕਾਉਂਸਲਟ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇਸ ਤਰ੍ਹਾਂ ਹੋਰ ਬਹੁਤ ਪੇਰੈਂਟਸ ਨੇ ਆ ਕੇ ਸਾਨੂੰ ਕੰਪਲੇਨ ਕੀਤੀ ਕਿ ਸਕੂਲ ਦੇ ਵਿੱਚ ਜੋ ਕਿਸਾਨ ਮੋਰਚੇ ਨੂੰ ਲੈ ਕੇ ਸਿਖਾਇਆ ਜਾ ਰਿਹਾ ਉਹ ਬਿਲਕੁਲ ਇੰਡੀਆ ਦੇ ਖਿਲਾਫ ਗੱਲ ਹੈਗੀ ਤੇ ਇਹਨੂੰ ਇੱਕਦਮ ਤੁਸੀਂ ਰੋਕੋ ਅੱਜ ਅਮ ਵਾਂਸ ਅਗੇਨ ਜਦੋਂ ਇਸ ਚੀਜ਼ ਦੀ ਰਿਸਪੌਂਸ ਦੀ ਗੱਲ ਆਂਦੀ ਹੈ ਮੈਂ ਦੱਸਣਾ ਚਾਹੁੰਦੀ ਆ ਕਿ ਸਾਡੀ ਟੀਮ ਵੱਲੋਂ ਜੋ 온ਟਾਰੀਓ ਦੇ ਸਕੂਲ ਡਿਸਟ੍ਰਿਕਟਸ ਹਨ ਖਾਸ ਕਰਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਜੋ ਇੰ ਤਿੰਨਾ ਵਿੱਚੋਂ ਇੱਕ ਸਕੂਲ ਡਿਸਟ੍ਰਿਕਟ ਹੈਗਾ ਦਸਕੂ ਡਿਸਟ੍ਰਿਕਟ ਆਫ ਪੀਲ ਆਮ ਉਹਨਾਂ ਨੂੰ ਕੰਟੈਕਟ ਕੀਤਾ ਸੀ ਤੇ ਉਹਨਾਂ ਦੀ ਸਿਟੀ ਕਾਉਂਸਲ ਤੇ ਬੋਰਡ ਆਫ ਟਰਸਟੀਜ਼ ਦੇ ਨਾਲ ਗੱਲ ਕੀਤੀ ਐ ਆਮ ਇਹ ਸਾਨੂੰ ਜਵਾਬ ਮਿਲਿਆ ਕਿ ਜੋ ਬੋਰਡ ਆਫ ਟਰਸਟੀਜ਼ ਹਨ ਇਸ ਵੇਲੇ ਉਹਨਾਂ ਨੂੰ ਨਹੀਂ ਆਮ ਪੂਰੀ ਛੂਟ ਨਹੀਂ ਹੈਗੀ ਇਸ ਚੀਜ਼ ਤੇ ਕਮੈਂਟ ਕਰਨ ਦੀ মিডিਆ ਦੇ ਵਿੱਚ ਬਟ ਪੀਲ ਸਕੂਲ ਬੋਰਡ ਵੱਲੋਂ ਇੱਕ ਅਫੀਸ਼ੀਅਲ ਸਟੇਟਮੈਂਟ ਉਹਨਾਂ ਨੇ ਸਾਨੂੰ ਦਿੱਤੀ ਜੋ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਹਦੇ ਵਿੱਚ ਬੇਸਿਕਲੀ ਤੁਸੀਂ ਆਪ ਵੀ ਪੜ੍ਹ ਸਕਦੇ ਹੋ ਆ ਇਹ ਲਿਖਿਆ ਹੈ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਜੋ ਕਮਿਊਨਿਟੀ ਹੈਗੀ ਉਹ ਬਹੁਤ ਜਾਗਰੂਕ ਹੈਗੀ ਅਵੇਅਰ ਹੈ ਕਿ ਫਾਰਮਰਸ ਪ੍ਰੋਟੈਸਟ ਹੋ ਰਹੀ ਹੈ ਇੰਡੀਆ ਦੇ ਵਿੱਚ ਇੰਨੇ ਮਹੀਨਿਆਂ ਤੋਂ ਐਂਡ ਉਹ ਇਹ ਵੀ ਗੱਲ ਮੰਨਦੇ ਹੈ ਕਿ ਹੰਡਰਡਸ ਆਫ ਥਾਊਜ਼ੈਂਡਸ ਲੱਖਾਂ ਦੀ ਗਿਣਤੀ ਦੇ ਵਿੱਚ ਲੋਕੀ ਉੱਥੇ ਮੌਜੂਦ ਹਨ ਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਤੇ ਜੋ ਇੰਡੀਆ ਦੀ ਨਾਰਥਰਨ ਸਟੇਟਸ ਪੰਜਾਬ ਵਿੱਚ ਆਉਂਦੇ ਉਹ ਜੁੜੇ ਹੋਏ ਐ ਇਨ ਪ੍ਰੋਟੈਸਟ ਦੇ ਵਿੱਚ ਇਹ ਸਾਰੀ ਚੀਜ਼ਾਂ ਪੀਲ ਸਕੂਲ ਬੋਰਡ ਇੱਕ ਅਫੀਸ਼ੀਅਲ ਤੌਰ ਤੇ ਮੰਨਦਾ ਹੈ ਉਹ ਇਹ ਵੀ ਮੰਨਦਾ ਹੈ ਕਿ ਜਿਸ ਤਰ੍ਹਾਂ ਇਹ ਪ੍ਰੋਟੈਸਟ ਅੱਗੇ ਵਧ ਰਹੀ ਹੈ ਇੰਡੀਆ ਦੇ ਵਿੱਚ ਕਿ ਜੋ ਇਹ ਸਕੂਲ ਬੋਰਡ ਹੈ ਇਹ ਸਮਝਦਾ ਹੈ ਕਿ ਇਸ ਟਾਪਿਕ ਕਰਕੇ ਇਸ ਮੁੱਦੇ ਕਰਕੇ ਬੱਚਿਆਂ ਦੇ ਵਿੱਚ ਐਂਗਜ਼ਾਇਟੀ ਪੈਦਾ ਹੋ ਸਕਦੀ ਹੈ ਅਨਸਰਟੇਨਟੀ ਸ਼ੌਕ ਪੇਨ ਦਰਦ anger غصہ ਉਹਨਾਂ ਨੂੰ ਮਹਿਸੂਸ ਹੋ ਸਕਦਾ ਹੈ ਖਾਸ ਕਰਕੇ ਕਮਿਊਨਿਟੀ ਨੂੰ ਐਂਡ ਉਹ ਚਾਹੁੰਦੇ ਕਿ ਜੋ ਕਮਿਊਨਿਟੀ ਦੇ ਮੈਂਬਰਸ ਹਨ ਤੇ ਲੀਡਰਸ ਹਨ ਉਹ ਸਕੂਲ ਦੇ ਸਟਾਫ ਨੂੰ ਅੰਡਰਸਟੈਂਡ ਕਰਨ ਕਿ ਸਕੂਲ ਦਾ ਸਟਾਫ ਇਸ ਟਾਪਿਕ ਨੂੰ ਬਹੁਤ ਸੈਂਸਿਟਿਵਲੀ ਅਪਰੋਚ ਕਰ ਰਿਹਾ ਹੈ ਮੈਨੂੰ ਇਹ ਵੀ ਦੱਸਣਾ ਚਾਹੀਦੀ ਆ ਇਸ ਸਟੇਟਮੈਂਟ ਦੇ ਵਿੱਚ ਅ ਕਿਸੇ ਥਾਂ ਤੇ ਇਹ ਨਹੀਂ ਲਿਖਿਆ ਕਿ ਕੀ ਸਕੂਲ ਬੋਰਡ ਉਮ ਜੋ ਕਾਉਂਸਲਰ ਦੀ ਚਿੱਠੀ ਹੈ ਉਹਦੇ ਨਾਲ ਸੰਬੰਧ ਉਹਦੇ ਨਾਲ ਸਹਿਮਤੀ ਰੱਖ ਕੇ ਇਸ ਚੀਜ਼ ਤੇ ਰੋਕ ਲਗਾਣਗੇ ਜਾਂ ਕੀ ਉਹ ਇਸ ਚੀਜ਼ ਬਾਰੇ ਹੋਰ ਅੱਗੇ ਗੱਲ ਕਰਨਗੇ ਕੁਝ ਕਾਲਰ ਸਾਡ ਨਾਲ ਜੁੜ ਚੁਕੇ ਸਸਿਕਾਲ ਤੁਸੀਂ ਆਨ 에ਰੋ ਹਾਂਜੀ ਸਸਿਕਾਲ ਯਸ਼ਮਤਾ ਜੀ ਸਸਿਕਾਲ ਜੀ ਕੌਣ ਬੋਲ ਰਹੇ ਹੋ ਮੈਂ ਗੁਰਚਰਨ ਗਰੇਵਾਲ ਬੋਲ ਰਿਆਂ ਜੀ ਮਲਵਾਕੀ ਤੋਂ ਸਸਿਕਾਲ ਗੁਰਚਰਨ ਜੀ ਦੱਸੋ ਤੁਹਾਡੇ ਕੀ ਵਿਚਾਰ ਹਨ ਹਾਂ ਵਿਚਾਰ ਤਾਂ ਮੈਂ ਇਸੇ ਟਾਪਿਕ ਤੇ ਗੱਲ ਕਰਾਂਗਾ ਪਰ ਥੋੜੀ ਜਿਹੀ ਡਿਫਰੈਂਟ ਗੱਲ ਕਰਾਂਗਾ ਜੀ ਜੀ ਕਿ ਕਿਉਂਕਿ ਜਿਹੜਾ ਪ੍ਰੋਟੈਸਟ ਚੱਲ ਰਿਹਾ ਨਾ ਬੜਾ ਜੈਨੂਇਨ ਤੇ ਬੜਾ ਲੋੜਵੰਦ ਪ੍ਰੋਟੈਸਟ ਚੱਲ ਰਿਹਾ ਤੇ ਸਕੂਲ ਵਾਲੇ ਤਾਂ ਮੈਂ ਕਮੈਂਟ ਨਹੀਂ ਕਰਾਂਗਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਅੱਗੇ 4th ਜੁਲਾਈ ਦੀ ਪ੍ਰੇਡ ਆ ਰਹੀ ਆ ਨਾ ਜੀ ਇਸ ਸਿੱਖ ਕਮਿਊਨਿਟੀ ਵਾਲੋਂ ਜੁਲਾਈ ਦੀ 4th ਜੁਲਾਈ ਦੀ ਪ੍ਰੇਡ ਵਿੱਚ ਪਾਰਟਿਸਿਪੇਟ ਕਰ ਰਹੇ ਆ ਤੇ ਅਸੀਂ ਬੜਾ ਸੋਹਣਾ ਬੈਨਰ ਬਣਾਇਆ ਹੋਇਆ ਫਾਰਮਰ ਦੇ ਪ੍ਰੋਟੈਸਟ ਵਾਲਾ ਜੀ ਤੇ ਜਿਹਦੇ ਵਿੱਚ ਲਿਖਿਆ سپورਟ ਫਾਰਮਰਸ ਨੋ ਫੂਡ ਨੋ ਫਾਰਮਰ ਨੋ ਫੂਡ ਤੇ ਜਿਵੇਂ ਆਪਣੇ ਗੁਰਦੁਆਰੇ ਦਾ ਲੋਗੋ ਲਾਇਆ ਹੋਇਆ ਸਾਰਾ ਕੁਝ ਲਿਖਿਆ ਹੋਇਆ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਹਨੂੰ ਕੰਟੀਨਿਊ ਰੱਖੋ ਇਦਾਂ ਦੇ ਕੰਮ ਇਹਨਾਂ ਨੇ ਕਰਦੇ ਰਹਿਣੇ ਆ ਸਾਨੂੰ ਡਰਾਉਣਗੇ ਸਾਰਾ ਕੁਝ ਕਰਨਗੇ ਮਰਬੀਸ਼ੋਰ ਕੰਟੀਨਿਊ سپورਟਿੰਗ ਦਾ ਜੈਨੂਨ ਕਾਜ਼ ਬਸ ਮੈਂ ਨੇ ਕਹਿਣਾ ਸੀ ਜੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਗੁਜਰਨ ਸਿੰਘ ਜੀ ਕਿ ਟੂ ਸੀ ਆਪਣੇ ਅਪਕਮਿੰਗ ਇਵੈਂਟ ਬਾਰੇ ਸਾਨੂੰ ਦੱਸਿਆ ਆਫ ਕੋਰਸ ਯੂਨਾਈਟਿਡ ਸਟੇਟਸ ਦੇ ਵਿੱਚ ਆਮ ਜੁਲਾਈ 4 ਦੀ ਵੱਡੀ ਹੌਲੀਡੇ ਇੰਡੀਪੈਂਡੈਂਸ ਹੌਲੀਡੇ ਆਉਣ ਵਾਲੀ ਹੈ ਉਹਦੇ ਵਿੱਚ ਵੀ ਕਿਸਾਨ ਮੋਰਚੇ ਨੂੰ ਲੈ ਕੇ ਵੱਖ-ਵੱਖ ਪਰੇਡਸ ਦੇ ਵਿੱਚ ਵੱਖ-ਵੱਖ ਇਵੈਂਟਸ ਦੇ ਵਿੱਚ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਚੀਜ਼ ਬਾਰੇ ਜਾਣਕਾਰੀ ਤੇ ਅਵੇਅਰਨੈਸ ਜ਼ਰੂਰ ਲੈ ਕੇ ਆਓਗੇ ਇੱਕ ਆਪਣੀ ਕਮਿਊਨਿਟੀ ਵੱਲੋਂ ਇੱਕ ਰੈਪਰੈਜ਼ੈਂਟੇਸ਼ਨ ਰੱਖੋਗੇ ਅਮ ਬਟ ਜੋ ਸੜਾਜ ਦਾ ਮੁੱਦਾ ਹੈ ਉਹਨੂੰ ਲੈ ਕੇ ਮੈਂ ਸਿਰਫ ਯੂ ਨੋ ਇਸ ਅ ਚੀਜ਼ ਤੇ ਗੱਲ ਨੂੰ ਰੈਪ ਅਪ ਕਰਨਾ ਚਾਹੁੰਦੀ ਆ ਅਮ ਕਿ ਵਾਂਸ ਅਗੇਨ ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਸਾਨੂੰ ਅੱਜ ਦੀ ਡੇਟ ਦੇ ਵਿੱਚ ਪਤਾ ਹੈ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਜਿਹਦਾ ਆਪ ਦਾ ਬਾਇਸ ਨਾ ਹੋਵੇ ਭਾਵੇਂ ਉਹ ਤੁਸੀਂ ਅਮ ਨਿਊਜ਼ ਕਹਿ ਲੋ ਭਾਵੇਂ ਤੁਸੀਂ ਐਜੂਕੇਸ਼ਨ ਸਿਸਟਮ ਕਹਿ ਲੋ ਹਰ ਇੱਕ ਮੁਲਕ ਦਾ ਹਰ ਇੱਕ ਸੰਸਥਾ ਦਾ ਐਂਟੀਟੀ ਦਾ ਅਮ ਹਰ ਇੱਕ ਇੰਡੀਵਿਜੂਅਲ ਦਾ ਆਪ ਦਾ ਇੱਕ ਨਜ਼ਰੀਆ ਹੁੰਦਾ ਹੈ ਉਹ ਕਿਸੇ ਨਾ ਕਿਸੇ ਹੱਦ ਤੱਕ ਨਿਕਲ ਕੇ ਆਂਦਾ ਹੀ ਹੈ ਬਟ ਇਦਾ ਇਹ ਮਤਲਬ ਨਹੀਂ ਕਿ ਉਹ ਨਜ਼ਰੀਆ ਅਗਰ ਕੋਈ ਟੀਚਰ ਇੱਕ ਕਰੰਟ ਇਵੈਂਟਸ ਦੀ ਗੱਲ ਕਰ ਰਿਹਾ ਹੈ ਕਿ ਇਹ ਇੱਕ ਮੈਟਰ ਆਫ ਰੈਕર્ડ ਇਹ ਚੀਜ਼ ਹੋ ਰਹੀ ਹੈ ਕਿ ਉਹਦੀ ਗੱਲ ਕਰਨੀ ਉਹਦੇ ਤੇ پابੰਦੀ ਲਾਇਆ ਜਾ ਕਿ ਉਹਦੀ ਗੱਲ ਕਰਨੀ ਹੀ ਗਲਤ ਹੈ ਬਿਕੋਜ਼ ਐਟ ది ਐਂਡ ਆਫ ਦਿ ਡੇ ਅਗਰ ਤੁਸੀਂ ਕਿਸੇ ਚੀਜ਼ ਦੇ ਬਾਰੇ ਗੱਲ ਹੀ ਨਹੀਂ ਕਰ ਸਕਦੇ ਤੁਹਾਨੂੰ ਰੋਕਿਆ ਜਾ ਰਿਹਾ ਕਿ ਤੁਸੀਂ ਇਹਦੇ ਬਾਰੇ ਬੱਚਿਆਂ ਨੂੰ ਦੱਸੋ ਵੀ ਨਾ ਉੱਥੇ ਸਾਡਾ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਕਿਉਂ ਬੱਚਿਆਂ ਨੂੰ ਇਸ ਚੀਜ਼ ਬਾਰੇ ਦੱਸ ਕੇ ਆ ਕੀ ਬੈਨੀਫਿਟ ਹੋ ਸਕਦਾ ਹੈ ਕੀ ਨੁਕਸਾਨ ਬੱਚਿਆਂ ਨੂੰ ਆਪਾਂ ਹੋਲੋਕਾਸਟ ਬਾਰੇ ਵੀ ਸਿਖਾਉਂਦੇ ਆ ਜਰਮਨੀ ਤਾਂ ਨਹੀਂ ਕਹਿੰਦਾ ਦੁਨੀਆ ਨੂੰ ਕਿ ਤੁਸੀਂ ਹੋਲੋਕਾਸਟ ਬਾਰੇ ਨਾ ਬੱਚਿਆਂ ਨੂੰ ਸਿਖਾਓ ਕਿ ਉਹਦੇ ਨਾਲ ਉਹ ਜਰਮਨੀ ਨੂੰ ਮਾੜੀ ਨਜ਼ਰ ਨਾਲ ਵੇਖਣਗੇ ਜਰਮਨੀ ਜੋ ਮੁਲਕ ਹੈਗਾ ਦੁਨੀਆ ਦਾ ਇੱਕ ਤੁਸੀਂ ਕਹਿ ਲਓ ਲੀਡਿੰਗ ਮੁਲਕ ਹੈ ਅੱਜ ਦੀ ਡੇਟ ਦੇ ਵਿੱਚ ਉਹ ਆਪ ਦੇ ਕਰਿਕਿਊਲਮ ਦੇ ਵਿੱਚ ਵੀ ਸਿਖਾਉਂਦੇ ਆ ਕਿ ਹੌਲੋਕਾਸਟ ਕੀ ਸੀਗੀ ਕਿ ਸਾਡੇ ਆਪ ਦੇ ਜਰਮਨ ਇਤਿਹਾਸ ਵਿੱਚ ਲਿਖਿਆ ਹੈ ਕਿ ਆਪਾਂ ਕਿਸ ਤਰ੍ਹਾਂ ਇਸ ਇੰਨੀ ਵੱਡੀ ਤੁਸੀਂ ਕਹੋ ਜੈਨੋਸਾਈਡ ਦੇ ਕਾਰਨ ਸੀਗੇ ਅਗਰ ਉਹ ਮੋਲਕ ਇੰਨੇ ਵੱਡੇ ਲੈਵਲ ਤੇ ਇਹ ਚੀਜ਼ ਕਰ ਸਕਦਾ ਹੈ ਤੇ ਇੰਡੀਆ ਤਾਂ ਇੱਕ ਨਵੀਂ ਡੈਮੋਕ੍ਰੇਸੀ ਹੈ ਉਹਨਾਂ ਨੂੰ ਇਸ ਐਗਜ਼ਾਮਪਲ ਤੋਂ ਸਿੱਖਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਆਨ 에ਰੋ ਹਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਤੁਸੀਂ ਆਨ 에ਰੋ हां ਜਿਹੜਾ ਤੁਸੀਂ ਇਹ ਕਿਸਾਨ ਮੋਰਚੇ ਬਾਰੇ ਗੱਲ ਕਰ ਰਹੇ ਹੈਗੇ ਅੱਜ ਜੀ ਮੈਂ ਇਹਦੇ ਬਾਰੇ ਗੱਲ ਕਰਨੀ ਚਾਹਨਾ ਕਿ ਇਹ ਤਾਂ ਬਿਲਕੁਲ ਜਿਹੜਾ ਹੈਗਾ ਇੱਕ ਗਲਤ ਕੰਫਰੈਸ਼ਨ ਦਿੱਤਾ ਜਾ ਰਿਹਾ ਹੈਗਾ ਜੀ ਇਹ ਕਦੀ ਵੀ ਭਾਰਤ ਵਿਰੋਧੀ ਨਹੀਂ ਹੈਗਾ ਜੋ ਇੰਡੀਆ ਵਿਰੋਧੀ ਨਹੀਂ ਹੈਗਾ ਮੋਰਚਾ ਜਿਹੜਾ ਵੀ ਹੈਗਾ ਕਿਉਂਕਿ ਇਹ ਸੇ ਕਿਸਾਨ ਜਿਹੜਾ ਮੋਪਾ ਜਿਹੜੇ ਭਾਰਤ ਦੇ ਕਾਇਨਸਾ ਸੈਕੰਡ ਪ੍ਰਾਈਮ ਮਿਨਿਸਟਰੀ ਕੇ ਲਾਲ ਬਹਾਦਰ ਸ਼ਾਹ ਤ੍ਰਿ ਜੀ ਉਹਨਾਂ ਨੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਦਿੱਤਾ ਸੀਗਾ ਜੀ ਤੇ ਜਿਹੜੇ ਇੰਨੇ ਇੰਪੋਰਟੈਂਟ ਹੈ ਕਿ ਉਹਨਾਂ ਨੇ ਦੇਸ਼ ਦੀ ਰੱਖਿਆ ਵੀ ਕੀਤੀ ਤੇ ਦੇਸ਼ ਨੂੰ ਫੂਡ ਦੇ ਮਾਮਲੇ ਚ ਆਤਮ ਨਿਰਭਰ ਵੀ ਬਣਾਇਆ ਉਹ ਲੋਕ ਕਿ ਦੇਸ਼ਵਰੋਧੀ ਕਿਤਾ ਹੋ ਸਕਦੇ ਆ ਜੀ ਬਿਲਕੁਲ ਇਹ ਹਾਂ ਇਹ ਹੋ ਸਕਦਾ ਕਿ ਇੱਕ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਉਹਦੇ ਵਿਰੋਧੀਤ ਹੋ ਸਕਦੇ ਆ ਕਿ ਉਹਨਾਂ ਨੇ ਗਲਤ ਤਰੂਨ ਬਣਾਇਆ ਤਾਂ ਉਹਦਾ ਵਿਰੋਧ ਕਰ ਰਿਹਾ ਹੈ ਜੀ ਉਹਨਾਂ ਦਾ ਹੱਕ ਵੀ ਬਣਦਾ ਹੈ ਜੀ ਜੀ ਤਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਜਿਹੜਾ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ ਜੀ ਜੀ ਇੰਡੀਆ ਵਿਰੋਧੀ ਨਹੀਂ ਹੈਗੇ ਬਿਲਕੁਲ ਬਿਲਕੁਲ ਹਾਂ ਇਹਨਾਂ ਨੂੰ ਆਪਣੀ ਜਿਹੜੀ ਸੋਚ ਬਦਲਣੀ ਪਊਗੀ ਆਪਣੇ ਜਿਹੜੇ ਅਜੰਡੇ ਆ ਉਹ ਬਦਲਨੇ ਪੈਣਗੇ ਆ ਨਹੀਂ ਤਾਂ ਹੋ ਸਕਦਾ ਹੈ ਇਹ ਦੇਸ਼ ਦਾ ਨੁਕਸਾਨ ਇਹ ਜ਼ਿਆਦਾ ਕਰਾਉਣ ਕਿਸਾਨਾਂ ਨਾਲ ਜੀ ਜੀ ਆਮ ਆਈ ਆ ਕੰਪਲੀਟਲੀ ਆ ਮੈਥੇ ਜਰੂਤ ਉਹਦੇ ਨਾਲ ਬਿਲਕੁਲ ਸਹਿਮਤੀ ਰੱਖਦੀ ਆ ਕਿ ਕਿਸੇ ਚੀਜ਼ ਆਮ ਦੇ ਤੁਸੀਂ ਕਹਿ ਲੋ ਕੋਈ ਕ੍ਰਿਟਿਸਿਜ਼ਮ ਆਮ ਇੱਕਦਮ ਉਹਦੀ ਐਂਟੀ ਨਹੀਂ ਹੋ ਜਾਂਦੀ ਕ੍ਰਿਟਿਸਿਜ਼ਮ ਸਾਨੂੰ ਸਾਰਿਆਂ ਨੂੰ ਸੁਣਨੀ ਚਾਹੀਦੀ ਹੈ ਉਹਦੇ ਨਾਲ ਆਪਾਂ ਇੰਪਰੂਵ ਕਰ ਸਕਦੇ ਆ ਆਮ ਤੇ ਤਾਂ ਕ੍ਰਿਟਿਸਿਜ਼ਮ ਹੀ ਨਹੀਂ ਇਹ ਤਾਂ ਕਰੰਟ ਇਵੈਂਟਸ ਹੈਗੇ ਜੋ ਚੀਜ਼ਾਂ ਹੋ ਰਹੀਆਂ ਰਾਈਟ ਥੈਂਕ ਯੂ ਸੋ ਮਚ ਥਾਟੀ ਕਾਲਲੀ ਅਪਰੀਸ਼ੀਏਟ ਯੂਰ ਕਮੈਂਟਸ ਆਮ ਤੁਹਾਡੇ ਕੀ ਹੋਰ ਵਿਚਾਰ ਹਨ ਇਸ ਚੀਜ਼ ਨੂੰ ਲੈ ਕੇ ਕਿ ਬੱਚਿਆਂ ਨੂੰ ਜਦੋਂ ਤੁਸੀਂ ਸਕੂਲ ਦੇ ਵਿੱਚ 커ਰਿਕਲਮ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਕੀ ਕੁਝ ਸਿਖਾਇਆ ਜਾ ਰਿਹਾ ਹੈ ਇੱਕ ਇੱਕ ਪੇਰੈਂਟ ਹੋਣ ਦੇ ਨਾਤੇ ਤੁਹਾਡੀ ਕਿੰਨੀ ਕਿ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਉਹ ਸਕੂਲ ਦੇ 커ਰਿਕਲਮ ਦੇ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਹੁਣ ਕੈਨੇਡਾ ਦੇ ਵਿੱਚ ਇਹ ਚੀਜ਼ ਪਲੇ ਆਊਟ ਹੋ ਰਹੀ ਹੈ ਆਮ ਕਮਿਊਨਿਟੀ ਅਡੱਡ ਹੋਈ ਹੋਈ ਹੈ ਇੱਕ ਪਾਸੇ অফਕੋਰਸ ਜੋ ਸਿੱਖ ਪੰਜਾਬੀ ਡਾਇਸਪੋਰਾ ਹੈਗੀ ਕਿਸਾਨਾਂ ਦੇ ਨਾਲ ਜੋ ਜੁੜੇ ਹੋਏ ਐ ਉਹ ਕਹਿ ਰਹੇ ਕਿ ਨਹੀਂ ਇਸ ਚੀਜ਼ ਦੇ ਬਾਰੇ ਜ਼ਰੂਰ ਤੁਸੀਂ ਸਕੂਲਾਂ ਦੇ ਵਿੱਚ ਸਿਖਾਓ ਐਂਡ ਉਹਨਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਨਾ ਕਿ ਸਿਰਫ ਹਿਸਟਰੀ ਸਿੱਖ ਰਹੇ ਐ ਉਹ ਅੱਜ ਦੀ ਡੇਢ ਦੇ ਵਿੱਚ ਇਸ ਹਿਸਟਰੀ ਨੂੰ ਜੀ ਰਹੇ ਐ ਕਿ ਸ਼ਾਇਦ ਬਾਅਦ ਚ ਜਾ ਕੇ ਮਸਾਲਾਵਾਦ ਉਹ ਵਾਪਸ ਦੇਖਣ ਕਿ ਜਦੋਂ ਇਹ ਚੀਜ਼ ਹੋ ਰਹੀ ਸੀ ਅਦੋਂ ਉਸ ਵੇਲੇ ਆਪਾਂ ਇਹਦੇ ਬਾਰੇ ਸਿੱਖਿਆ ਸੋ ਇਹ ਚੀਜ਼ ਬਹੁਤ ਅਹਿਮੀਅਤ ਰੱਖਦੀ ਹੈ ਅਮ ਇਸ ਚੀਜ਼ ਦੇ ਕੁਈ ਗਵਰਨਮੈਂਟ ਆਜ ਖਾਸ ਕਰਕੇ ਅੱਜ ਦੀ ਡੇਟ ਦੇ ਵਿੱਚ ਮਾਡਰਨ ਟਾਈਮਜ਼ ਦੇ ਵਿੱਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਕਰਦੀ ਹੈ ਤੇ ਕੈਨੇਡੀਅਨ ਗਵਰਨਮੈਂਟ ਦਾ ਕੀ ਜਵਾਬ ਹੋਏਗਾ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਰੱਖਾਂਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜੋ ਪੀਲ ਸਕੂਲ ਬੋਰਡ ਹੈਗਾ ਉਹਨਾਂ ਦੇ ਵੱਲੋਂ ਆਫੀਸ਼ੀਅਲ ਸਟੇਟਮੈਂਟ ਉਹਨਾਂ ਨੇ ਇੰਟਰਵਿਊ ਲਈ ਡਿਕਲਾਈਨ ਕੀਤਾ ਕਹਿੰਦੇ ਮੀਡੀਆ ਦੇ ਨਾਲ ਆਪਾਂ ਡਾਇਰੈਕਟਲੀ ਗੱਲ ਨਹੀਂ ਕਰ ਰਹੇ ਬਟ ਤੁਹਾਨੂੰ ਸਟੇਟਮੈਂਟ ਦੇ ਦਿੰਦੇ ਆ ਐਂਡ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਆ ਅੱਜ ਜਦੋਂ ਸਾਡੇ ਆਫਿਸ ਵੱਲੋਂ ਕਾਲਾਂ ਗਈਆਂ ਤੇ ਉਹਨਾਂ ਨੇ ਬਹੁਤ ਰਿਸਪੈਕਟਫੁਲੀ ਸਾਡੇ ਨਾਲ ਗੱਲ ਕੀਤੀ ਬਟ ਉਹਨਾਂ ਨੇ ਕਿਹਾ ਕਿ ਆਫ ਦਿ ਰੈਕੋਰਡ ਤੁਹਾਨੂੰ ਇਹ ਕਹਿੰਦੇ ਆ ਕਿ ਆਪਾਂ ਤੁਹਾਨੂੰ ਆਫੀਸ਼ਲ ਤੌਰ ਤੇ ਇੰਟਰਵਿਊ ਨਹੀਂ ਦੇ ਸਕਦੇ ਬਟ ਤੁਸੀਂ ਇਹ ਸਟੇਟਮੈਂਟ ਜ਼ਰੂਰ ਲੈ ਸਕਦੇ ਹੋ ਔਰ ਵਾਂਸ ਅਗੇਨ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਟੇਟਮੈਂਟ ਦੇ ਵਿੱਚ ਕੋਈ ਨਾ ਇਸ طرف ਦੀ ਨਾ ਉਸ طرف ਦੀ ਕਲੀਅਰ ਸਟੇਟਮੈਂਟ ਦਿੱਤੀ ਗਈ ਬਟ ਉਹਨਾਂ ਨੇ ਸਿਰਫ ਇਹ ਕਿਹਾ ਕਿ ਆਪਾਂ ਰੈਕਗਨਾਈਜ਼ ਕਰਦੇ ਹਾਂ ਸਕੂਲ ਬੋਰਡ ਵੱਲੋਂ ਕਿ ਇਹ ਮੋਰਚਾ ਹੋ ਰਿਹਾ ਹੈ ਐਂਡ ਇਹ ਮੋਰਚਾ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਹੈ ਐਂਡ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਉਹ ਕਿਸਾਨ ਹਨ ਜੋ ਜ਼ਿਆਦਾਤਰ ਪੰਜਾਬ ਤੋਂ ਤੇ ਸਿੱਖ ਬੈਕਗ੍ਰਾਉਂਡ ਤੋਂ ਆਉਂਦੇ ਆ ਬਟ ਇਹਦੇ ਵਿੱਚ ਹਰ ਕਿਸਮ ਦੇ ਇੰਡੀਅਨਸ ਪਾਵੇਂ ਉਹ ਮੁਸਲਮ ਮੁਸਲਮ ਹੋਣ ਸਿੱਖ ਹੋਣ ਹਿੰਦੂ ਹੋਣ ਇਸਾਈ ਹੋਣ ਸਾਰੇ ਹੀ ਜੁੜੇ ਹੋਏ ਐ ਇਹਦੇ ਵਿੱਚ ਇੰਡੀਆ ਦੇ ਵੱਖ-ਵੱਖ ਤੁਸੀਂ ਕਹਿ ਲਓ ਪ੍ਰੋਫੈਸ਼ਨਲਸ ਜੁੜੇ ਹੋਏ ਐ ਨਾ ਕਿ ਸਿਰਫ ਕਿਸਾਨ ਤੇ ਮਜ਼ਦੂਰ ਤੇ ਇਹ ਜੋ ਇਤਿਹਾਸਿਕ ਤੌਰ ਤੇ ਅੰਦੋਲਨ ਸੱਜਿਆ ਹੋਇਆ ਐ ਇਹਦੇ ਬਾਰੇ ਸਾਡਾ ਫਰਜ਼ ਬਣਦਾ ਹੈ ਲਗਾਤਾਰ ਸਟੂਡੈਂਟਸ ਨੂੰ ਅਪ ਟੂ ਡੇਟ ਰੱਖਣਾ ਸੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਅੱਜ ਦੇ ਮੁੱਦੇ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਤੁਸੀਂ ਜਰੂਰ ਸਾਨੂੰ ਲਿਖ ਸਕਦੇ ਹੋ on for justbroadcasting.com ashmitha@justbroadcasting.com ਹੁਣ ਮੈਂ ਦੇਉ ਇਜਾਜ਼ਤ ਸਤਿ ਸ਼੍ਰੀ ਅਕਾਲ